ਸ਼ਖਸ ਅਜਿਹੇ ਮੌਜੂਦ ਨੇ ਕਿ ਜਦੋਂ ਮੂਵੀ ਖਤਮ ਹੋਈ ਤਾਂ ਮੈਂ ਬਾਹਰ ਨਿਕਲੀ, ਮੈਂ ਦੇਖਿਆ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ। ਗੱਲ ਇਹ ਕਿ ਜੋ ਪੰਜਾਬ ਵਿੱਚ ਪਹਿਲਾਂ ਬੀਤਿਆ ਉਹ ਸਾਨੂੰ ਅਖਬਾਰਾਂ ਵਿੱਚ ਤਾਂ ਘੱਟ ਮਿਲਦਾ ਸੀ, ਲੇਕਿਨ ਲੋਕਾਂ ਤੋਂ ਜ਼ਬਾਨਾਂ ਤੋਂ ਪਤਾ ਲੱਗਦਾ ਸੀਗਾ। 15-16 ਸਾਲ ਦੇ ਬੱਚੇ ਛੋਟੇ ਉਹਨਾਂ ਨੂੰ ਖੰਭਿਆਂ ਨਾਲ ਬੰਨ ਕੇ ਮਾਰਿਆ ਗਿਆ। ਇਹ ਫਿਲਮ ਇੱਕ ਅੱਖਾਂ ਖੋਲਣ ਵਾਲੀ ਹੈ। ਸੱਚਾਈ ਹਕੀਕਤ ਨੂੰ ਜਿਸ ਤਰੀਕੇ ਨਾਲ ਉਹਨਾਂ ਬਿਆਨ ਕੀਤਾ ਇਕਬਾਲ ਸਿੰਘ ਢਿੱਲੋਂ ਨੇ, ਇਹਦਾ ਕੋਈ ਮੁਕਾਬਲਾ ਨਹੀਂ। ਬਹੁਤ ਅੱਛੀ ਮੂਵੀ ਲੱਗੀ, ਸਾਰੇ ਪਾਤਰ ਬਹੁਤ ਅੱਛੇ ਕੰਮ ਕਰ ਰਹੇ ਨੇ। ਪਰਮਾਤਮਾ ਕਰੇ ਇਸ ਤਰ੍ਹਾਂ ਦੀਆਂ ਮੂਵੀਆਂ ਬਣਦੀਆਂ ਰਹਿਣ। ਜਦੋਂ ਮੈਂ ਫਿਲਮ ਦੇਖੀ ਮੈਂ ਰੋਈ ਵੀ ਬਹੁਤ ਹਾਂ, ਮੈਨੂੰ ਹੈਰਾਨਗੀ ਵੀ ਬਹੁਤ ਹੋਈ ਹੈ, ਕਿਉਂਕਿ ਬੱਚਿਆਂ ਨੂੰ ਮਾਵਾਂ ਦੇ ਸਾਹਮਣੇ ਜਿਹੜੇ ਮਾਰ ਰਹੇ ਨੇ ਔਰ ਕੁੜੀਆਂ ਨਾਲ ਇਹੋ ਜਿਹਾ ਵਿਵਹਾਰ ਕਰ ਰਹੇ ਨੇ, ਉਹ ਦੇਖਣ ਯੋਗ ਨਹੀਂ ਸੀਗਾ। ਅਤੇ ਸੱਚਾਈ ਜਿਹੜੀ ਹੈ 1947 ਦੀ ਔਰ 84 ਦੀ ਜਿਹੜੀ ਪਬਲਿਕ ਵਿੱਚ ਇਹਨਾਂ ਨੇ ਲਿਆਂਦੀ ਹੈ, ਅਤੇ ਜਦੋਂ ਤਾਂ ਬੱਚਿਆਂ ਨੂੰ ਮਾਰ ਦੇਣ, ਉਹ ਸੀਨ ਜਿਹੜਾ ਬੜਾ ਮੈਨੂੰ ਕਲੇਜਾ ਛੂਹਣ ਵਾਲਾ ਸੀਗਾ। ਮੇਰਾ ਕਲੇਜਾ ਜਿਹੜਾ ਉਹ ਇੱਕ ਕਿਸਮ ਦਾ ਬਿੰਨਿਆ ਗਿਆ ਉਸ ਸੀਨ ਨੂੰ ਦੇਖ ਕੇ। ਸਾਡੀ ਲਾਈਨ 'ਚ ਜਿੱਦਾਂ ਅਸੀਂ ਪ੍ਰੋਡਕਸ਼ਨ ਸਾਈਡ 'ਚ, ਅਸੀਂ ਵੀ ਸੋਚਦੇ ਹਾਂ ਕਿ ਅਸੀਂ ਕੁਛ ਕੰਮ ਜ਼ਿੰਮੇਵਾਰੀ ਨਾਲ ਕਰ ਲਈਏ। ਤੁਹਾਨੂੰ ਲੱਗਦਾ ਕਿ ਇਲੈਕਸ਼ਨਸ ਦੇ ਦਿਨਾਂ ਦੇ ਵਿੱਚ ਆ ਮੂਵੀ ਇਸ ਸਮੇਂ ਰਿਲੀਜ਼ ਹੋਈ ਹੈ, ਤਾਂ ਕੀ ਕਹਿਣਾ ਚਾਹੋਗੇ? ਨਹੀਂ, ਇਲੈਕਸ਼ਨ 'ਚ ਤਾਂ ਕੁਦਰਤੀ ਆ ਗਈ ਜੀ, ਉਹ ਕੋਈ ਲੈਣਾ ਦਾ ਪਿਕਚਰ ਬਣੀ ਨੂੰ ਤਾਂ ਹੋ ਗਿਆ ਸੀ ਸਾਲ ਤੋਂ ਉੱਪਰ, ਲੇਕਿਨ ਕੁਛ ਸਾਡੀਆਂ ਵੀ ਮਜਬੂਰੀਆਂ ਵੀ ਸੀਗੀਆਂ ਕੁਛ, ਜਾਂ ਇਹ ਕਹਿ ਲਓ ਵੀ ਕੁਦਰਤੀ ਇਹ ਇੱਦਾਂ ਹੋ ਗਈ, ਇਹ ਕੋਈ ਸੋਚ ਸਮਝ ਕੇ ਨਹੀਂ ਇਸ ਟਾਈਮ ਕੱਢੀ। ਅਤੇ ਇਹ ਪੰਜਾਬ ਦਾ ਹਾਲਾਤ ਨੇ ਕਿ ਲੜਕੀਆਂ ਜਿਹੜੀਆਂ ਉਹ ਬਹੁਤ ਮਜਬੂਰ ਹੋ ਕੇ ਕਈਆਂ ਕੰਮਾਂ 'ਚ ਪੈ ਜਾਂਦੀਆਂ ਜਿੱਥੇ ਉਹ ਨਹੀਂ ਵੀ ਜਾਣਾ ਚਾਹੁੰਦੀਆਂ, ਕਿਉਂਕਿ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ, ਨੌਕਰੀ ਦਿੱਤੀ ਵੀ ਨਹੀਂ ਜਾਂਦੀ ਉਹਨਾਂ ਨੂੰ। ਜਿਸ ਤਰ੍ਹਾਂ ਉਹਨੇ ਆਪਣੇ ਡਾਇਲੋਗ ਮਾਰਿਆ ਵੀ ਹੈ ਕਿ ਮੇਰੀ ਜਾਤ ਪਾਤ ਦੇ ਕਰਕੇ ਤੁਸੀਂ ਕਿਸੇ ਇੰਟੈਲੀਜੈਂਸੀ ਕਰਕੇ ਤੁਸੀਂ ਨੌਕਰੀ ਦਿੰਦੇ ਹੋ। ਤੋ ਹਮਨੇ ਅਕੋਰਡਿੰਗ ਟੂ ਕਰੈਕਟਰ ਚੂਜ ਕੀਆ ਕਿ ਜੋ ਰੋਲ ਜਿਸਕੋ ਸੂਟ ਕਰਤਾ ਹੈ, ਤੋ 3 ਮਹੀਨੇ ਜ਼ਰੂਰ ਲੱਗੇ, ਬਟ ਹਮਨੇ ਅਕੋਰਡਿੰਗ ਟੂ ਕਰੈਕਟਰ ਇਸਮੇ ਹਮਨੇ ਸਾਰੇ ਕਰੈਕਟਰ ਉਸ ਹਿਸਾਬ ਸੇ ਲੀਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ, ਤਾਂ ਮੈਂ ਹਾਂ ਖੁਸ਼ਬੂ। ਅੱਜ ਅਸੀਂ ਮੂਵੀ ਦੇਖਣ ਪਹੁੰਚੇ ਸੀ ਤਬਾਹੀ ਰੀਲੋਡਿਡ। ਨਾਮ ਤੋਂ ਹੀ ਇੱਕ ਵਾਰ ਵੇਟੇਜ ਜਿਹੀ ਲੱਗਦੀ ਹੈ ਕਿ ਮੂਵੀ ਦੇ ਵਿੱਚ ਜ਼ਰੂਰ ਕੁਝ ਵੱਖਰਾ ਦੇਖਣ ਨੂੰ ਮਿਲੇਗਾ। ਜਿੱਦਾਂ ਹੀ ਮੂਵੀ ਸ਼ੁਰੂ ਹੁੰਦੀ ਆ, ਸਟੂਡੈਂਟ ਲਾਈਫ ਹੁੰਦੀ ਆ, ਵੱਖਰੇ ਵੱਖਰੇ ਕਰੈਕਟਰ ਨਜ਼ਰ ਆਉਂਦੇ ਨੇ, ਤਾਂ ਇਸ ਦੇ ਵਿੱਚ ਇੱਕ ਖਾਸ ਚੀਜ਼ ਇਹ ਹੁੰਦੀ ਆ, ਸਾਰੇ ਬੜੀ ਮਜ਼ੇ ਵਾਲੀ ਜ਼ਿੰਦਗੀ ਜੀ ਰਹੇ ਹੁੰਦੇ ਨੇ, ਆਪਣੇ ਫਿਊਚਰ ਨੂੰ ਲੈ ਕੇ ਬਹੁਤ ਕੁਝ ਉਹਨਾਂ ਬੱਚਿਆਂ ਦੇ ਦਿਲ ਦੇ ਵਿੱਚ ਹੁੰਦਾ, ਪਰ ਸਵਾਲ ਖੜਾ ਹੁੰਦਾ ਹੈ ਕਿ ਅਖੀਰ ਤੱਕ ਆਉਂਦੇ ਆਉਂਦੇ ਬੱਚੇ ਕਈ ਕ੍ਰਿਮੀਨਲ ਬਣਦੇ ਨੇ। ਜਿਸ ਤਰੀਕੇ ਦੇ ਨਾਲ ਮੂਵੀ ਤੁਸੀਂ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਕਈਆਂ ਦਾ ਕਤਲ ਹੋ ਜਾਂਦਾ, ਤਾਂ ਉਹ ਆਖਿਰ ਉਹ ਸਿਨੈਰੀਓ ਕੀ ਹੈ, ਉਹ ਕੀ ਰਿਹਾ ਹੋਏਗਾ? ਤੁਸੀਂ ਜਦੋਂ ਇਹ ਮੂਵੀ ਦੇਖੋਗੇ ਤੁਹਾਡੀਆਂ ਅੱਖਾਂ ਦੇ ਵਿੱਚੋਂ ਹੰਝੂ 1 ਮਿੰਟ ਦੇ ਲਈ 1 ਮਿੰਟ ਵੀ ਨਹੀਂ ਰੁਕਣਗੇ। ਸੋ ਇਹ ਮੂਵੀ ਦਾ ਇਹ ਕੰਸੈਪਟ ਜੋ ਹੈ ਬਹੁਤ ਹੀ ਜ਼ਿਆਦਾ ਵੱਖਰਾ। ਸਾਡੇ ਨਾਲ ਜੀਵਨ ਆਫ ਦੀ ਪ੍ਰੋਡਿਊਸਰ ਇਕਬਾਲ ਸਿੰਘ ਜੀ, ਉਹਨਾਂ ਦੇ ਕੋਲੋਂ ਜਾਣਦੇ ਹਾਂ, ਗੱਲ ਕਰਦੇ ਹਾਂ ਕਿ ਮੂਵੀ ਜੋ ਬਣਾਈ ਗਈ ਹੈ ਕੀ ਸੋਚ ਕੇ ਇਹ ਜੋ ਟੌਪਿਕ ਨੇ ਚੱਕੇ ਗਏ ਜੀ। ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਬਲਵੀਰ ਟਾਂਡਾ ਜੀ ਮੇਰੇ ਵੱਲੋਂ ਜਾਂ ਸਾਡੀ ਸਾਰੀ ਟੀਮ ਵੱਲੋਂ ਜਿਨ੍ਹਾਂ ਨੇ ਇਸ ਫਿਲਮ ਵਿੱਚ ਸਾਡਾ ਸਾਥ ਦਿੱਤਾ, ਜਿਨ੍ਹਾਂ ਕਲਾਕਾਰਾਂ ਨੇ, ਉਹਨਾਂ ਸਭ ਵੱਲੋਂ ਮੇਰੇ ਵੱਲੋਂ ਸਾਰਿਆਂ ਵੱਲੋਂ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਅਤੇ ਅਸੀਂ ਕੋਸ਼ਿਸ਼ ਕੀਤੀ ਹੈ ਜੀ ਕਿ ਫਿਲਮ ਕੁਛ ਅਲੱਗ ਕਰਕੇ, ਜਾਂ ਅਸੀਂ ਪਹਿਲੀਆਂ ਫਿਲਮਾਂ ਵੀ ਕੋਸ਼ਿਸ਼ ਹੀ ਕੀਤੀ, ਸਾਡੀਆਂ ਫਿਲਮਾਂ ਉਹਨਾਂ ਦਾ ਕੌਮਾ ਫੁੱਲ ਸਟੋਪ ਅਲੱਗ ਹੋਵੇ,
ਇਹ ਵੀ ਅਸੀਂ ਕੋਸ਼ਿਸ਼ ਕੀਤੀ ਹੈ ਜੀ ਥੋੜ੍ਹੀ ਅਲੱਗ ਹੋਵੇ ਔਰ ਜ਼ਿੰਮੇਵਾਰੀ ਨਾਲ ਸਾਡੀ ਕੁਛ ਜਿਵੇਂ ਅਸੀਂ ਹਰ ਸੋਸਾਇਟੀ 'ਚ ਜਿੱਦਾਂ ਰਾਈਟਰ ਹੁੰਦੇ ਆ ਕੁਛ ਵਧੀਆ ਲਿਖਣ ਵਾਲੇ ਹੁੰਦੇ ਕੁਛ ਜ਼ਿੰਮੇਵਾਰੀ ਨਾਲ ਲਿਖਦੇ ਆ ਇਸੇ ਤਰ੍ਹਾਂ ਗੀਤਕਾਰ ਹੁੰਦੇ ਆ ਸੰਗੀਤਕਾਰ ਹੁੰਦੇ ਗਾਇਕ ਹੁੰਦੇ ਆ ਸਾਡੀ ਲਾਈਨ 'ਚ ਜਿੱਦਾਂ ਅਸੀਂ ਪ੍ਰੋਡਕਸ਼ਨ ਸਾਈਡ 'ਚ ਆ ਅਸੀਂ ਵੀ ਸੋਚਦੇ ਹਾਂ ਕਿ ਅਸੀਂ ਕੁਛ ਕੰਮ ਜ਼ਿੰਮੇਵਾਰੀ ਨਾਲ ਕਰ ਲਈਏ ਅਤੇ ਜੇ ਅਸੀਂ ਜੱਟ ਜੂਣਾ ਮੋੜ ਫਿਲਮ ਵੀ ਬਣਾ ਸਕਦੇ ਹਾਂ ਬਦਲਾ ਜੱਟੀ ਦਾ ਵੀ ਬਣਾ ਸਕਦੇ ਹਾਂ ਸਾਨੂੰ ਇੱਦਾਂ ਦਾ ਵੀ ਕੰਮ ਕਰਨਾ ਚਾਹੀਦਾ ਜਿਹਦੇ ਨਾਲ ਸਾਡੀ ਸਟੇਟ ਸਾਡਾ ਕੰਟਰੀ ਸਾਡੇ ਬੱਚੇ ਸਾਡੇ ਯੂਥ ਸਾਡਾ ਰਿਲੀਜੀਅਸ ਸਿਸਟਮ ਸਪੈਸ਼ਲੀ ਜਿਹੜੀ ਸਭ ਤੋਂ ਗੰਦ ਪਿਆ ਹੋਇਆ ਸਾਡੇ ਸਟੇਟ 'ਚ ਖਾਸ ਤੌਰ 'ਤੇ ਪੰਜਾਬ 'ਚ ਪੋਲੀਟੀਕਲ ਸਿਸਟਮ ਇਹ ਠੀਕ ਹੋਣਾ ਜ਼ਰੂਰੀ ਆ ਤਾਂ ਹੀ ਸਾਡਾ ਕੋਈ ਫਿਊਚਰ ਬ੍ਰਾਈਟ ਹੋਊਗਾ ਨਹੀਂ ਤਾਂ ਜਿੰਨੀ ਈਗੋ ਇਹਨਾਂ ਦੇ ਵਿੱਚ ਜਿੰਨਾ ਇਹ ਗੰਦ ਪਾ ਰਿਹਾ ਸਾਰੀ ਪਤਾ ਨਹੀਂ ਅੱਗੇ ਪੰਜਾਬ ਦਾ ਕੀ ਕਰ ਦੇਣਾ ਹੈ ਤਾਂ ਅਸੀਂ ਨੌਜਵਾਨਾਂ ਲਈ ਇਹ ਚੀਜ਼ ਉਪਰਾਲਾ ਕੀਤਾ ਛੋਟਾ ਜਿਹਾ ਮੈਂ ਇੱਕ ਸਵਾਲ ਇਹ ਵੀ ਕਰਨਾ ਚਾਹੂੰਗੀ ਕਿਉਂਕਿ ਜਦੋਂ ਮੂਵੀ ਬਣਦੀ ਹੈ ਕਾਫੀ ਜ਼ਿਆਦਾ ਪੈਸਾ ਵੀ ਲੱਗਦਾ ਅਤੇ ਅਸੀਂ ਇਹ ਦੇਖਦੇ ਹਾਂ ਕਿ ਸਾਨੂੰ ਇਨਕਮ ਵੀ ਓਨੀ ਆਵੇ ਤਾਂ ਇਸ ਦੇ ਵਿੱਚ ਮੈਂ ਦੇਖਿਆ ਕਿ ਸਾਰੇ ਕਰੈਕਟਰ ਵਾਈਜ਼ ਤੁਸੀਂ ਚੋਣ ਕੀਤੀ ਹੈ ਤੁਸੀਂ ਇਹ ਨਹੀਂ ਦੇਖਿਆ ਕੋਈ ਵੱਡਾ ਐਕਟਰ ਹੋਵੇ ਇਸ ਮੂਵੀ ਦੇ ਵਿੱਚ ਜਾਂ ਜੋ ਤੁਸੀਂ ਕਰੈਕਟਰ ਚੁਣੇ ਨੇ ਤੁਹਾਨੂੰ ਲੱਗਦਾ ਕਿ ਇਲੈਕਸ਼ਨਸ ਦੇ ਦਿਨਾਂ ਦੇ ਵਿੱਚ ਆ ਮੂਵੀ ਇਸ ਸਮੇਂ ਰਿਲੀਜ਼ ਹੋਈ ਹੈ ਤਾਂ ਕੀ ਕਹਿਣਾ ਚਾਹੋਗੇ ਨਹੀਂ ਇਲੈਕਸ਼ਨ 'ਚ ਤਾਂ ਕੁਦਰਤੀ ਆ ਗਈ ਜੀ ਉਹ ਕੋਈ ਲੈਣਾ ਪਿਕਚਰ ਬਣੀ ਨੂੰ ਤਾਂ ਹੋ ਗਿਆ ਸੀ ਸਾਲ ਤੋਂ ਉੱਪਰ ਲੇਕਿਨ ਕੁਛ ਸਾਡੀਆਂ ਵੀ ਮਜਬੂਰੀਆਂ ਵੀ ਸੀਗੀਆਂ ਕੁਛ ਜਾਂ ਇਹ ਕਹਿ ਲਓ ਵੀ ਕੁਦਰਤੀ ਇਹ ਇੱਦਾਂ ਹੋ ਗਈ ਇਹ ਕੋਈ ਸੋਚ ਸਮਝ ਕੇ ਨਹੀਂ ਇਸ ਟਾਈਮ ਕੱਢੀ ਇਹ ਤਾਂ ਬਾਈ ਚਾਂਸ ਹੀ ਹੋ ਗਿਆ ਸਾਰਾ ਕੁਛ ਉਹ ਹੁਣ ਕੁਦਰਤੀ ਉਹ ਹਰ ਗੱਲ ਰਿਲੇਟ ਕਰ ਰਿਹਾ ਕੋਈ ਪੋਲੀਟੀਕਲ ਪਾਰਟੀ ਨਾ ਕਰ ਲੈਂਦਾ ਕੋਈ ਬੰਦੇ ਨਾ ਕਰ ਲੈਂਦਾ ਉਹਦਾ ਕੋਈ ਲੈਣਾ ਦੇਣਾ ਨਹੀਂ ਗੱਲ ਪੰਜਾਬ ਦੀ ਹੋਣੀ ਚਾਹੀਦੀ ਆ ਬੰਦੇ ਦੀ ਸਿਆਸਤ ਦੀ ਨਹੀਂ ਹੋਣੀ ਚਾਹੀਦੀ ਪੰਜਾਬ 'ਚ ਅਵੇਅਰਨੈਸ ਦੀ ਗੱਲ ਹੋਣੀ ਚਾਹੀਦੀ ਆ ਇਸ ਤੋਂ ਉੱਪਰ ਅਸੀਂ ਕੁਛ ਸੋਚ ਕੇ ਕੰਮ ਨਹੀਂ ਕੀਤਾ ਨਾ ਅਸੀਂ ਕਿਸੇ ਨੂੰ ਗਾਲ ਕੱਢੀ ਆ ਅਸੀਂ ਤਾਂ ਜੋ ਸੱਚ ਹੈ ਉਹਨੂੰ ਅਸੀਂ ਜੋ ਹਿਸਟਰੀ 'ਚ ਪੜ੍ਹਿਆ ਜੋ ਸਾਨੂੰ ਮੁਹੱਈਆ ਸਾਡੇ ਸਾਹਮਣੇ ਜੋ ਚੀਜ਼ਾਂ ਆਈਆਂ ਅਸੀਂ ਉਹਨੂੰ ਕੋਸ਼ਿਸ਼ ਕੀਤੀ ਆ ਕਿ ਉਹ ਜੋੜ ਕੇ ਲੋਕਾਂ ਦੇ ਅੱਗੇ ਰੱਖਿਆ ਜਾਵੇ ਅਤੇ ਆਹ ਇਸ ਤਰ੍ਹਾਂ ਵੀ ਹੋਇਆ ਉਹਨੂੰ ਸਿਨੇਮੇ ਦੇ ਹਿਸਾਬ ਨਾਲ ਅਸੀਂ ਆਪਣੀ ਲਿਬਰਟੀ ਲੈ ਸਿਨੇਮੇ ਵਾਲਾ ਲੈਂਦਾ ਹੀ ਹੈ ਜੀ ਅਤੇ ਮੈਂ ਇਹ ਜਾਣਨਾ ਜ਼ਰੂਰ ਚਾਹੂੰਗੀ ਕਿ ਜਿਸ ਤਰੀਕੇ ਦੇ ਨਾਲ ਕਰੋਨਾ ਦਾ ਦੌਰ ਵੀ ਦਿਖਾਇਆ ਸਟੂਡੈਂਟਸ ਵੀ ਦਿਖਾਏ ਕਿ ਮਤਲਬ ਕਰੋਨਾ ਤੋਂ ਬਾਅਦ ਕਿਵੇਂ ਹੋਇਆ ਕਿਸਾਨਾਂ ਦਾ ਮੁੱਦਾ ਹਰ ਇੱਕ ਚੀਜ਼ ਜੋ ਆਮ ਬੰਦੇ ਦੀ ਇਕੱਲੇ ਇਕੱਲੇ ਦੀ ਲਾਈਫ ਦੇ ਵਿੱਚ ਰਿਲੇਟ ਆ ਕਿ ਕੋਈ ਇਹੋ ਜਿਹੀ ਚੀਜ਼ ਤੁਹਾਡੇ ਜ਼ਿਹਨ ਦੇ ਵਿੱਚ ਕਿਹੜੀ ਘਰ ਕਰ ਗਈ ਕਿ ਇਹ ਇਸ ਪਾਸੇ ਵੱਲ ਤੁਹਾਡਾ ਧਿਆਨ ਗਿਆ ਇੱਕ ਵਾਰੀ ਮੈਂ ਇੱਕ ਟੀ ਵੀ ਦੇਖ ਰਿਹਾ ਸੀਗਾ ਚੈਨਲ ਪੰਜਾਬੀ ਚੈਨਲ ਸੀ ਉਹ 'ਚ ਨਾ ਕਿਸੇ ਪਰਿਵਾਰ ਦਾ ਦਰਦ ਸੀ ਝੁਨੀਰ ਪਿੰਡ ਸੀਗਾ ਮਾਨਸਾ ਦੇ ਕੋਲ ਉਹਨਾਂ ਜਿਹੜਾ ਉਹਨਾਂ ਨੇ ਕਿਸਾਨ ਦੀ ਖੁਦਕੁਸ਼ੀ ਹੋਈ ਫਿਰ ਉਹਦੀ ਵਾਈਫ ਬਿਮਾਰ ਸੀ ਫਿਰ ਉਹਦੇ ਬੱਚਿਆਂ ਨਾਲ ਪ੍ਰੋਬਲਮ ਹੋਈ ਉਹ ਮੇਰੇ ਦਿਮਾਗ 'ਚ ਸੀਗੀ ਉਹ ਗੱਲ ਬੇਸਿਕਲੀ ਇਹ ਫੈਮਿਲੀ ਪਿਕਚਰ ਹੈ ਨਾ ਇੱਕ ਪਰਿਵਾਰ ਨਾਲ ਹੀ ਸਾਰਾ ਕੁਛ ਹੋ ਰਿਹਾ ਨਾ ਉਸੇ ਜੇ ਧਰਮ ਪਰਿਵਰਤਨ ਹੋ ਰਿਹਾ ਉਹੀ ਇਫੈਕਟਡ ਹੈ ਨਾ ਸਾਰੇ ਲੜਕੀ ਜਿਹੜੀ ਬਹੁਤ ਵੱਡੀ ਅਫਸਰ ਬਣਨਾ ਚਾਹੁੰਦੀ ਹੈ ਉਹਦਾ ਵਿਜ਼ਨ ਦੱਸਿਆ ਕਿ ਕਿਸ ਤਰ੍ਹਾਂ ਉਹ ਹਿਸਟਰੀ ਵੀ ਜਾਣਦੀ ਆ ਹਰ ਚੀਜ਼ ਵਿੱਚ ਪਰਫੈਕਟ ਹੁੰਦੀ ਤਾਂ ਉਹਦਾ ਕੀ ਹਾਲ ਹੁੰਦਾ ਅਤੇ ਉਹ ਤੁਸੀਂ ਫਿਲਮ ਦੇਖੀ ਆ ਜੀ ਹੁਣ ਤੁਹਾਡੇ ਤੋਂ ਵਧੀਆ ਤਾਂ ਕੋਈ ਇਹਨੂੰ ਬੋਲ ਹੀ ਨਹੀਂ ਸਕਦਾ ਜੇ ਬੈਸਟ ਤਾਂ ਇਹ ਹੈ ਨਾ ਜਿਵੇਂ ਤੁਸੀਂ ਫਿਲਮ ਦੇਖਦੇ ਹੋ ਤੁਸੀਂ ਆਪਦੇ ਵਿਊ ਦਿਓ ਨਾ ਉਹ ਸਾਡੇ ਲਈ ਬਹੁਤ ਵੈਲਿਊ ਰੱਖਣਗੇ ਜੀ ਜੀ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਮੂਵੀ ਦੇਖੀ ਬਹੁਤ ਅੱਛੀ ਲੱਗੀ ਮੂਵੀ ਅਤੇ ਮੈਂ ਤੁਹਾਨੂੰ ਵੀ ਇਹੀ ਕਹਿਣਾ ਚਾਹੂੰਗੀ ਜ਼ਰੂਰ ਇਹ ਮੂਵੀ ਦੇਖਣ ਆਓ ਇਹ ਮੂਵੀ ਦੇਖ ਕੇ ਇੱਕ ਜੋ ਸਿਨੈਰੀਓ ਹੈ ਸਮਾਜ ਦਾ ਸਾਡੇ ਦਿਲ ਦੇ ਵਿੱਚ ਉਹ ਜ਼ਰੂਰ ਤੁਹਾਡੇ ਜ਼ਿਹਨ ਦੇ ਵਿੱਚ ਵੀ ਜੋ ਤਸਵੀਰ ਹੈ ਉਹ ਜ਼ਰੂਰ ਬਦਲ ਜਾਏਗੀ ਅਤੇ ਰਿਐਲਿਟੀ ਜੋ ਹੁੰਦੀ ਆਈ ਹੈ ਕਹਿ ਲਓ ਗਰੀਬ ਤਬਕੇ ਦੇ ਨਾਲ ਜੋ ਜਾਂ ਜੋ ਸਟੂਡੈਂਟਸ ਨੇ ਮਨ ਦੇ ਵਿੱਚ ਆਪਣੇ ਫਿਊਚਰ ਨੂੰ ਲੈ ਕੇ ਕਾਫੀ ਜ਼ਿਆਦਾ ਐਂਬੀਅੰਸ
ਹੁੰਦੇ ਨੇ ਤਾਂ ਕੀ ਉਹਨਾਂ ਦੇ ਨਾਲ ਹੁੰਦਾ? ਇੱਕ ਛੋਟਾ ਜਿਹਾ ਟਰਨਿੰਗ ਪੁਆਇੰਟ ਅਜਿਹਾ ਆ ਜਾਂਦਾ ਕਿ ਕੋਈ ਕ੍ਰਾਈਮ ਵੱਲ ਤੁਰ ਪੈਂਦਾ, ਕੋਈ ਬਿਲਕੁਲ ਹੀ ਅਜਿਹੇ ਰਾਹ ਤੇ ਚੱਲ ਪੈਂਦਾ ਜਿਸ ਦਾ ਕੋਈ ਅਖੀਰ ਨਹੀਂ ਹੁੰਦੀ। ਸੋ ਮੈਂ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਵੀ ਜ਼ਰੂਰ ਆਓ। ਨਹੀਂ ਜਾਂਦੇ ਜੀ, ਇਹਦੇ ਵਿੱਚ ਕੋਈ ਲੜਕਾ ਕ੍ਰਾਈਮ ਵੱਲ ਨਹੀਂ ਜਾਂਦਾ। ਸਰ ਮੈਂ ਇਹ ਕਹਿਣਾ ਚਾਹੁੰਦੀ ਕਿ ਲਾਈਫ 'ਚ ਬਹੁਤ ਕੁਝ ਇਹੋ ਜਿਹਾ ਹੋ ਜਾਂਦਾ ਕਿ ਬੰਦੇ ਕੋਈ ਕ੍ਰਾਈਮ ਵੱਲ ਜਾਂਦਾ, ਕੋਈ ਪੜ੍ਹਾਈ ਛੱਡ ਜਾਂਦਾ, ਕੋਈ ਕੰਮਕਾਰ ਪੜ੍ਹਾਈ ਛੱਡ ਕੇ ਕਰਦਾ। ਜਿਹੜੀ ਸਟੋਰੀ ਉਹ ਕ੍ਰਾਈਮ ਦੇ ਅਗੇਂਸਟ ਹੈ ਜੀ। ਕਿਸੇ ਵੀ ਸਿਸਟਮ ਦੇ ਵਿੱਚ ਕ੍ਰਾਈਮ ਹੈ ਉਹਦੇ ਖਿਲਾਫ ਹੀ ਲੜਦੇ ਹੋ ਜੀ, ਆਪ ਤਾਂ ਕੋਈ ਕ੍ਰਾਈਮ ਨਹੀਂ ਕਰਦੇ ਉਹ ਜੀ। ਜਿਹੜੇ ਸਾਡੇ ਹੀਰੋ ਕ੍ਰਾਈਮ ਥੋੜੀ ਕਰਦੇ ਆ ਜੀ, ਕ੍ਰਿਮੀਨਲ ਦੇ ਅਗੇਂਸਟ ਹੁੰਦੇ ਉਹ। ਸਰ ਮੈਂ ਉਹੀ ਕਹਿਣਾ ਚਾਹ ਰਹੀ ਕਿ ਅਸੀਂ ਕਹਿੰਦੇ ਹਾਂ ਕਿ ਬੱਚੇ ਸਕੂਲਾਂ 'ਚ ਕਾਲਜਾਂ 'ਚ ਪੜ੍ਹਦੇ ਸੀ, ਅੱਜ ਕੀ ਕਰ ਰਹੇ ਨੇ? ਅੱਜ ਕੋਈ ਕੋਈ ਕਿਸੇ ਦਾ ਕਤਲ ਕਰ ਰਿਹਾ, ਕੋਈ ਕੁਛ ਕਰ ਰਿਹਾ। ਮੈਂ ਉਸ ਚੀਜ਼ ਨੂੰ ਕਹਿਣਾ ਚਾਹੁੰਦੀ ਕਿ ਅਸੀਂ ਉਹ ਚੀਜ਼ ਸੋਚਦੇ ਹਾਂ, ਬਟ ਜਿਸ ਤਰੀਕੇ ਨਾਲ ਇਹਦੇ ਵਿੱਚ ਸੀਨ ਸੀ, ਪੁਲਿਸ ਨੇ ਉਹਨਾਂ ਨੂੰ ISI ਏਜੰਸੀ ਦੇ ਨਾਲ ਕਹਿ ਤਾ, ਉਹ ਤਾਂ ਕ੍ਰਿਮੀਨਲ ਲੋਕਾਂ ਨੂੰ ਤਾਂ ਹੀ ਸ਼ੋਅ ਹੋਣਗੇ ਨਾ ਕਿ ਫਿਰ ਅਸੀਂ ਉਹ ਸੋਚਦੇ ਹਾਂ ਚੀਜ਼ ਕਿ ਹਾਂ ਸਾਡੇ ਕਰੈਕਟਰ ਕੀ ਪੋਰਟਰੇ ਕਰ ਰਹੇ। ਸਰ ਮੈਂ ਉਹੀ ਕਹਿਣਾ ਚਾਹੁੰਦੀ ਕਿ ਤੁਹਾਡੇ ਕਰੈਕਟਰ ਦੇਖ ਕੇ ਨਾ, ਤੁਹਾਡੀ ਮੂਵੀ ਦੇਖ ਕੇ ਲੋਕਾਂ ਦੀ ਉਹ ਸੋਚ ਬਦਲੇਗੀ ਕਿ ਜੋ ਲੋਕ ਸੋਚਦੇ ਨੇ ਉਹ ਚੀਜ਼ ਬਦਲ ਜਾਏਗੀ ਲੋਕਾਂ ਦੀ। ਸਾਡੀ ਇਹ ਬੱਚਿਆਂ ਦੀ ਸੋਚ ਬਦਲ ਜਾਏ, ਲੋਕਾਂ ਦੀ ਬਦਲ ਜਾਏ, ਇਹ ਸਾਡੇ ਲਈ ਸਭ ਤੋਂ ਵੱਡੀ ਪ੍ਰੋਫਿਟ ਇਹੀ ਹੈ ਸਾਡੀ ਫਿਲਮ ਦਾ। ਚਲੋ ਜੀ, ਸਤਿ ਸ੍ਰੀ ਅਕਾਲ ਜੀ, ਧੰਨਵਾਦ ਸਰ। ਸੋ ਇਸ ਵੇਲੇ ਸਾਡੇ ਨਾਲ ਤਬਾਹੀ ਰੀਲੋਡਿਡ ਮੂਵੀ ਦੀ ਸਟਾਰ ਕਾਸਟ ਹੈ, ਉਹਨਾਂ ਦੇ ਕੋਲੋਂ ਜਾਣਦਿਆਂ ਕਿ ਇਹ ਜੋ ਮੂਵੀ ਦੇ ਵਿੱਚ ਉਹਨਾਂ ਨੇ ਕੰਮ ਕੀਤਾ, ਵੱਖਰੇ ਵੱਖਰੇ ਕਰੈਕਟਰ ਰਹੇ ਨੇ ਸਾਰਿਆਂ ਦੇ, ਤਾਂ ਆਪਣੇ ਕਰੈਕਟਰ ਬਖੂਬੀ ਉਹਨਾਂ ਦੇ ਵੱਲੋਂ ਨਿਭਾਏ ਗਏ ਨੇ। ਸੋ ਮੈਂ ਜਾਣਨਾ ਚਾਹੂੰਗੀ ਕਿ ਅੱਜ ਜਦੋਂ ਉਹ ਦੇਖ ਰਹੇ ਸੀ ਕਿ ਲੋਕ ਕੀ ਰਿਐਕਸ਼ਨ ਦੇ ਰਹੇ ਨੇ ਮੂਵੀ ਦੇਖ ਕੇ, ਉਹਨਾਂ ਨੂੰ ਕਿਵੇਂ ਦਾ ਲੱਗ ਰਿਹਾ ਸੀ? ਸੋ ਜਾਣਨਾ ਚਾਹੂੰਗੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਇਕਬਾਲ ਢਿੱਲੋਂ ਜੀ ਦਾ ਅਤੇ ਟਾਂਡਾ ਨੌਰਵੇ ਵਾਲਿਆਂ ਦਾ ਬਹੁਤ ਧੰਨਵਾਦ ਕਿ ਉਹਨਾਂ ਇੰਨਾ ਹੌਸਲਾ ਕੀਤਾ ਹੈ, ਇਹੋ ਜਿਹਾ ਸਬਜੈਕਟ ਉਹ ਲੈ ਕੇ ਆਏ ਨੇ, ਅਤੇ ਸ਼ੁਕਰੀਆ ਉਹਨਾਂ ਦਾ ਅਤੇ ਸਾਨੂੰ ਮੌਕਾ ਦਿੱਤਾ ਹੈ ਐਜ਼ ਏ ਐਕਟਰ ਕੁਝ ਕਰਨ ਦਾ, ਜੋ ਪੰਜਾਬ ਵਾਸਤੇ ਅਸੀਂ ਕੁਝ ਕਰ ਸਕੇ। ਸਾਨੂੰ ਬਹੁਤ ਅੱਛਾ ਲੱਗਾ ਆਪਣਾ ਕਰੈਕਟਰ ਉਹ ਨਿਭਾ ਕੇ, ਅਤੇ ਸਾਰਿਆਂ ਨੂੰ ਪਬਲਿਕ ਨੂੰ ਬਹੁਤ ਕਰੈਕਟਰ ਪਸੰਦ ਆਇਆ, ਇਸ ਲਈ ਸਭ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਅਤੇ ਮੈਂ ਉਹੀ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਜਿਹੜਾ ਤੁਹਾਡਾ ਕਰੈਕਟਰ ਸੀਗਾ ਕਿ ਮਤਲਬ ਇੱਕਦਮ ਰਿਐਲਿਟੀ ਜੋ ਅਸੀਂ ਦੇਖਦੇ ਹਾਂ ਕਿ ਕੁੜੀਆਂ ਦੇ ਨਾਲ ਕੀ ਹੁੰਦਾ ਜਾਂ ਕੁਛ ਵੀ, ਜਦੋਂ ਤੁਸੀਂ ਆਪਣਾ ਕਰੈਕਟਰ ਕਰ ਰਹੇ ਸੀ ਕਿ ਤੁਹਾਨੂੰ ਵੀ ਅੰਦਰੋਂ ਇਹ ਲੱਗਦਾ ਸੀ ਕਿ ਹਾਂ ਰਿਐਲਿਟੀ 'ਚ ਇਹ ਸਭ ਹੁੰਦਾ ਕਿ ਮੈਂ ਜੋ ਚੀਜ਼ ਕਰ ਰਿਹਾ, ਪਤਾ ਨਹੀਂ ਕਿੰਨੀਆਂ ਕੁੜੀਆਂ ਔਰਕੈਸਟਰਾ ਫੀਲਡ ਦੇ ਵਿੱਚ ਇਹ ਚੀਜ਼ ਬਰਦਾਸ਼ਤ ਕਰਦੀਆਂ ਹੋਣਗੀਆਂ? ਆਹ ਦੇਖੋ ਜੀ, ਹੁਣ ਹੀ ਆਪਣੇ ਪੰਜਾਬ 'ਚ ਘਟਨਾ ਹੋਈ ਆਰਕੈਸਟਰਾ ਵਾਲੀ ਕੁੜੀ ਨਾਲ, ਸੇਮ ਉਹਦੀ ਕਹਾਣੀ ਹੈ, ਫਿਲਮ 'ਚ ਵੀ ਇੱਦਾਂ ਹੀ ਇਹ ਫਿਲਮਾਈ ਗਈ ਹੈ, ਔਰ ਇਹ ਕੁੜੀ ਮਜਬੂਰ ਹੋ ਕੇ ਮੇਰੇ ਇਸ ਕੰਮ 'ਚ ਆਉਂਦੀ ਹੈ, ਕਿਉਂਕਿ ਉਹਦੀ ਮਜਬੂਰੀ ਹੈ, ਉਹ ਗਰੀਬ ਹੈ। ਅਤੇ ਇਹ ਪੰਜਾਬ ਦਾ ਹਾਲਾਤ ਨੇ ਕਿ ਲੜਕੀਆਂ ਜਿਹੜੀਆਂ ਉਹ ਬਹੁਤ ਮਜਬੂਰ ਹੋ ਕੇ ਕਈਆਂ ਕੰਮਾਂ 'ਚ ਪੈ ਜਾਂਦੀਆਂ ਜਿੱਥੇ ਉਹ ਨਹੀਂ ਵੀ ਜਾਣਾ ਚਾਹੁੰਦੀਆਂ, ਕਿਉਂਕਿ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ, ਨੌਕਰੀ ਦਿੱਤੀ ਨਹੀਂ ਜਾਂਦੀ ਉਹਨਾਂ ਨੂੰ। ਜਿਸ ਤਰ੍ਹਾਂ ਉਹਨੇ ਆਪਣੇ ਡਾਇਲੋਗ ਮਾਰਿਆ ਵੀ ਹੈ ਕਿ ਮੇਰੀ ਜਾਤ ਪਾਤ ਦੇ ਕਰਕੇ ਤੁਸੀਂ ਕਿਸੇ ਇੰਟੈਲੀਜੈਂਸੀ ਕਰਕੇ ਤੁਸੀਂ ਨੌਕਰੀ ਦਿੰਦੇ ਹੋ, ਅਤੇ ਸੋ ਇਸ ਕਰਕੇ ਜਿਹੜਾ ਮਾਹੌਲ ਹੈ ਪੰਜਾਬ ਦਾ ਇਹ ਫਿਲਮ 'ਚ ਉਹਦੇ ਬਾਰੇ ਦਿਖਾਇਆ ਗਿਆ ਸੱਚ। ਤਬਾਹੀ ਰੀਲੋਡਡ ਜੋ ਮੈਸੇਜ ਤੁਸੀਂ ਦੇਖਿਆ ਇਹਦੇ ਵਿੱਚ, ਹਰ ਪੰਜਾਬ ਦੇ ਹਰ ਘਰ ਹਰ ਜਵਾਨ ਕੋਲ ਜਾਣਾ ਚਾਹੀਦਾ, ਔਰ ਸਾਡੀ ਇਹ ਬੇਨਤੀ ਹੈ, ਰਿਕੁਐਸਟ ਹੈ ਕਿ ਪੰਜਾਬ ਨੂੰ ਇਹ ਫਿਲਮ ਕਿਤੇ ਵੀ ਲੱਗੀ ਹੈ, ਕਿਸ ਜ਼ਿਲ੍ਹੇ 'ਚ ਵੀ ਲੱਗੀ ਹੈ, ਉਹਨੂੰ ਵੇਖਣਾ ਚਾਹੀਦਾ ਜੀ। ਸੋ ਮੈਂ ਤੁਹਾਡੇ ਨਾਲ ਵੀ ਗੱਲ ਕਰਨਾ ਚਾਹੂੰਗੀ, ਜਿਸ ਤਰੀਕੇ ਦੇ ਨਾਲ ਇਸ ਮੂਵੀ ਦੇ ਵਿੱਚ ਤੁਹਾਡੀ ਸਾਰਿਆਂ ਦੀ ਬੌਂਡਿੰਗ ਦਿਖਾਈ ਗਈ ਹੈ, ਅਲੱਗ ਅਲੱਗ ਧਰਮ ਦੇ ਦੋਸਤ ਦਿਖਾਏ ਗਏ ਨੇ, ਤਾਂ ਕਿਵੇਂ ਦਾ ਲੱਗਾ? ਕਿਉਂਕਿ ਸਕੂਲਾਂ ਕਾਲਜਾਂ ਦੇ ਵਿੱਚ ਜਦੋਂ ਅਸੀਂ ਹੁੰਦੇ ਹਾਂ, ਅਸੀਂ ਜਾਤ ਦੇਖ ਕੇ ਧਰਮ ਦੇਖ ਕੇ ਤਾਂ ਦੋਸਤ ਕਦੇ ਵੀ ਨਹੀਂ ਬਣਾਉਂਦੇ, ਤਾਂ ਅਖੀਰ ਉਸ ਦੋਸਤੀ ਦਾ ਕਿਵੇਂ ਹੁੰਦਾ ਆ? ਇੱਕ ਐਜ਼ ਅ ਸਟੂਡੈਂਟ ਮੈਂ ਜਾਣਨਾ ਚਾਹੂੰਗੀ ਕਿ ਜਦੋਂ ਤੁਹਾਨੂੰ ਸਕ੍ਰਿਪਟ ਦੱਸੀ ਗਈ ਕਿਵੇਂ ਦਾ ਲੱਗਾ? ਮੈਮ
ਇਹਦੇ 'ਚ ਦੇਖੋ ਇੱਦਾਂ ਕਿ ਦੋਸਤਾਂ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ, ਦੋਸਤਾਂ ਦਾ ਸਿਰਫ ਮਤਲਬ ਪੁਰਾਣੇ ਟਾਈਮ 'ਚ ਜਿਵੇਂ ਚੱਲਦਾ ਸੀਗਾ ਕਿ ਅੱਜ ਕੱਲ੍ਹ ਦੀਆਂ ਰੀਲਸ ਵਗੈਰਾ ਚੱਲ ਰਹੀਆਂ ਨੇ ਉਹ ਚੀਜ਼ਾਂ 'ਚ ਮਤਲਬ ਯੂਥ ਚਲੇ ਗਿਆ, ਜਿਹੜਾ ਇਹਦੇ 'ਚ ਦਿਖਾਇਆ ਗਿਆ ਉਹ ਸਾਰਾ ਆਪਣੇ ਪੰਜਾਬ ਦੇ ਰਿਲੇਟਿਡ ਦਿਖਾਇਆ ਗਿਆ ਕਿ ਕਿਵੇਂ ਸਾਨੂੰ ਪੰਜਾਬ ਨੂੰ ਸਾਂਭਣਾ ਚਾਹੀਦਾ। ਤਾਂ ਮਤਲਬ ਬਹੁਤ ਅੱਛਾ ਲੱਗਿਆ ਕਿ ਸਾਨੂੰ ਇਹ ਕਰੈਕਟਰ ਮਿਲਿਆ, ਅਤੇ ਹਾਂਜੀ ਥੈਂਕ ਯੂ ਜੀ। ਅਤੇ ਜਿਵੇਂ ਇਸ ਮੂਵੀ ਦੇ ਵਿੱਚ ਇਹ ਵੀ ਹੈ ਕਿ ਲਾਸਟ ਦੇ ਵਿੱਚ ਜਦੋਂ ਪੁਲਿਸ ਤੁਹਾਨੂੰ ਕਹਿੰਦੀ ਹੈ ਕਿ ਤੇਰੇ ਦੋਸਤ ਨੇ ਤਾਂ ਇੱਦਾਂ ਦੱਸ ਦਿੱਤਾ, ਅਤੇ ਉਹ ਚੀਜ਼ ਜੇਕਰ ਮਤਲਬ ਤੁਹਾਨੂੰ ਅੱਗੇ ਦੀ ਆ ਕੇ ਕਹੀ ਜਾਂਦੀ, ਤੁਹਾਡੇ ਮੱਥੇ 'ਤੇ ਬੰਦੂਕ ਰੱਖੀ ਜਾਂਦੀ ਹੈ, ਰਿਐਲਿਟੀ ਦੇ ਵਿੱਚ ਜਦੋਂ ਇੱਦਾਂ ਹੁੰਦਾ ਤਾਂ ਉਸ ਵੇਲੇ ਬੰਦੇ 'ਤੇ ਕੀ ਬੀਤਦੀ ਹੁੰਦੀ ਹੈ, ਪਰ ਤੁਸੀਂ ਉੱਥੇ ਨਹੀਂ ਟੁੱਟੇ। ਬਹੁਤ ਔਖੀ ਚੀਜ਼ ਹੈ ਜੀ, ਰੀਲ ਅਤੇ ਰੀਲ ਦੇ ਵਿੱਚ ਬਹੁਤ ਫਰਕ ਹੈ, ਰੀਅਲ ਦੇ ਵਿੱਚ ਬਹੁਤ ਫਰਕ ਹੁੰਦਾ। ਅਤੇ ਉਹ ਇਹੀ ਹੈ ਕਿ ਜੀ ਜੋ ਸੀਨ ਉਸ ਟਾਈਮ ਚੱਲ ਰਿਹਾ ਸੀਗਾ ਰਿਐਲਿਟੀ ਹੀ ਮਤਲਬ ਮੈਂ ਸੋਚੀ, ਜੋ ਮਤਲਬ ਉਸ ਟਾਈਮ ਮਾਹੌਲ ਸੀਗਾ ਕਿ ਜਿੱਦਾਂ ਸਾਹਮਣੇ ਬੰਦੂਕ ਲੈ ਕੇ ਖੜ੍ਹੇ ਨੇ ਜਾਂ ਜੋ ਵੀ ਹੈ, ਮੇਰਾ ਬੌਂਡ ਸੀ ਅਸ਼ਫਾਕ ਨਾਲ, ਮੇਰਾ ਰਾਮ ਪ੍ਰਸਾਦ ਦਾ ਕਰੈਕਟਰ ਸੀਗਾ, ਮੇਰਾ ਉਹਦੇ ਨਾਲ ਬੌਂਡ ਸੀ, ਤਾਂ ਮਤਲਬ ਇੱਕ ਜੋਸ਼ ਵੀ ਆਉਂਦਾ ਉਸ ਚੀਜ਼ ਨੂੰ ਲੈ ਕੇ ਕਿ ਮੇਰਾ ਦੋਸਤ ਇਹ ਚੀਜ਼ ਨਹੀਂ ਕਰ ਸਕਦਾ। ਅਤੇ ਮਤਲਬ ਤੁਸੀਂ ਇਹ ਦੇਖੋ, ਜੇ ਬੰਦਾ ਸੱਚਾ ਹੁੰਦਾ ਤਾਂ ਉਹ ਡਟ ਕੇ ਹੀ ਰੱਖਦਾ ਰਹਿੰਦਾ ਨਾ, ਉਹ ਗਲਤ ਸੀਗੇ ਪੁਲਿਸ ਵਾਲੇ ਤਾਂ ਉਹਦੇ ਅਕੋਰਡਿੰਗ ਹੀ ਉਹ ਰੋਲ ਉਸ ਟਾਈਮ ਨਿਭਾਇਆ ਗਿਆ, ਤਾਂ ਕਰਕੇ ਅਸੀਂ ਮਤਲਬ ਡਟੇ ਰਹੇ, ਉਹਦੇ 'ਚ ਕੋਈ ਇੱਦਾਂ ਉਹ ਨਹੀਂ ਹੋਇਆ ਸਾਨੂੰ। ਬਿਲਕੁਲ, ਉਹ ਸੀਨ ਦੇਖ ਕੇ ਜੋ ਤੁਹਾਡਾ ਸੀਗਾ ਉਹ ਵੇਲਾ ਯਾਦ ਆ ਗਿਆ 84 ਤੋਂ ਬਾਅਦ ਵਾਲਾ ਕਹਿ ਸਕਦੇ ਹਾਂ, ਐਮਰਜੈਂਸੀ ਵਾਲਾ, ਕਿ ਜਦੋਂ ਪਤਾ ਨਹੀਂ ਕਿੰਨੇ ਹੀ ਸਾਡੇ ਅਜਿਹੇ ਪੰਜਾਬੀ ਨੌਜਵਾਨ, ਖਾਸ ਤੌਰ 'ਤੇ ਸਿੱਖ ਨੌਜਵਾਨ, ਜਿਨ੍ਹਾਂ ਦੀਆਂ ਅੱਜ ਤੱਕ ਲਾਸ਼ਾਂ ਤੱਕ ਨਹੀਂ ਮਿਲੀਆਂ। ਔਰ ਇਸ ਮੂਵੀ ਦੇ ਵਿੱਚ ਵੀ ਉਹੀ ਸੀ, ਭਗਤ ਉਹਨਾਂ ਦੀ ਵੀ ਡੈੱਡ ਬੋਡੀ ਨਹੀਂ ਮਿਲੀ, ਅਸ਼ਫਾਕ ਤੁਸੀਂ ਤੁਹਾਡਾ ਕਰੈਕਟਰ, ਅਤੇ ਬੀਇੰਗ ਅ ਯੂਥ ਉਹ ਚੀਜ਼ਾਂ ਬਹੁਤ ਜ਼ਿਆਦਾ ਟ੍ਰਿਗਰ ਕਰ ਜਾਂਦੀਆਂ। ਬਹੁਤ ਜ਼ਿਆਦਾ ਜੀ, ਇਹ ਮੈਂ ਇਹੀ ਵਾਰ ਵਾਰ ਇਹ ਕਹਿ ਰਿਹਾ ਕਿ ਇਸ ਮੂਵੀ ਨੂੰ ਇੰਨਾ ਕੁ ਪ੍ਰਮੋਟ ਕਰਨਾ ਚਾਹੀਦਾ ਕਿ ਫੇਮ ਹਰ ਚੀਜ਼, ਹਰੇਕ ਨੂੰ ਆਪਾਂ ਇਹ ਨਹੀਂ ਕਹਿੰਦੇ ਵੀ ਫੇਮ ਸਾਨੂੰ ਮਿਲ ਰਿਹਾ, ਫੇਮ ਹਰ ਚੀਜ਼ ਨਹੀਂ ਹੁੰਦੀ, ਇਹ ਮੈਸੇਜ ਹਰੇਕ ਤੱਕ ਪਹੁੰਚਣਾ ਚਾਹੀਦਾ। ਮੈਂ ਐਜ਼ ਅ ਯੂਥ ਇਹੀ ਕਹਿਣਾ ਚਾਹੂੰਗਾ ਕਿ ਹਰ ਇੱਕ ਮੇਰੇ ਹਾਣੀ ਮੁੰਡਿਆਂ ਨੂੰ ਕੁੜੀਆਂ ਨੂੰ ਇਹ ਮੂਵੀ ਦੇਖਣੀ ਚਾਹੀਦੀ ਹੈ, ਮੈਸੇਜ ਪਹੁੰਚਣਾ ਚਾਹੀਦਾ, ਪੰਜਾਬ ਬਾਰੇ 'ਚ ਅਸਲੀਅਤ ਆ ਸਾਰਾ ਕੁਛ, ਅਸਲੀਅਤ ਜੋ ਪੰਜਾਬ 'ਚ ਚੱਲ ਰਿਹਾ ਉਹਦੇ ਬਾਰੇ ਹੈ ਜੀ। ਸਰ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੂੰਗੀ ਕਿ ਤੁਸੀਂ ਮਤਲਬ ਇੱਕ ਫਾਦਰ, ਇੱਕ ਕਿਸਾਨ, ਇੱਕ ਕਾਫੀ ਜ਼ਿਆਦਾ ਮਤਲਬ ਮਜਬੂਰ ਇਨਸਾਨ ਦਾ ਕਰੈਕਟਰ ਨਿਭਾਇਆ ਕਿ ਮਤਲਬ ਉਹਦੀ ਫੈਮਿਲੀ ਵੀ ਉਹਨੇ ਦੇਖਣੀ ਆ, ਉਹਨੇ ਆਪਣੀ ਬੱਚੀ ਵੀ ਦੇਖਣੀ, ਉਹਨੇ ਆਪਣੀ ਵਾਈਫ ਵੀ ਦੇਖਣੀ ਆ, ਤਾਂ ਕਿ ਮਤਲਬ ਜਦੋਂ ਤੁਸੀਂ ਇਹ ਕਰੈਕਟਰ ਕਰ ਰਹੇ ਸੀ ਕਿਵੇਂ ਦਾ ਲੱਗ ਰਿਹਾ ਸੀ? ਮੈਨੂੰ ਕਰੈਕਟਰ ਜੋ ਦਿੱਤਾ ਗਿਆ, ਜੋ ਮੈਨੂੰ ਸਕ੍ਰਿਪਟ ਦਿੱਤੀ ਗਈ, ਉਹਦੇ ਵਿੱਚ ਮੈਂ ਸੋਚਿਆ ਕਿ ਮੈਂ ਇਹਦੇ 'ਚ ਆਪਣੀ ਪੂਰੀ ਰੂਹ ਫੂਕਦੇ ਹਾਂ ਕਿ ਵੀ ਵਾਕਈ ਇੱਕ ਜੋ ਗਰੀਬ ਕਿਸਾਨ ਹੈ ਉਹਨੂੰ ਕਿਵੇਂ ਧਰਮ ਬਦਲਣ ਵਾਸਤੇ ਕਿਹਾ ਜਾ ਰਿਹਾ, ਕਿਵੇਂ ਉਹਨਾਂ ਨੂੰ ਏਜੰਸੀਆਂ ਆ ਕੇ ਕਹਿੰਦੇ ਅਸੀਂ ਤੁਹਾਡਾ ਇਲਾਜ ਕਰ ਦਾਂਗੇ, ਤੁਹਾਡਾ ਅਸੀਂ ਆਹ ਕਰ ਦਾਂਗੇ, ਤੁਸੀਂ ਆਪਣਾ ਧਰਮ ਬਦਲੋ, ਤੁਸੀਂ ਇੱਥੇ ਆਓ, ਸਾਡੇ ਇੱਥੇ ਡੇਰੇ 'ਤੇ ਆਓ, ਸਾਡਾ ਹੀ ਨਾਮ ਜਪੋ ਅਤੇ ਸਾਡੇ ਬਾਰੇ ਗੱਲ ਕਰੋ, ਅਤੇ ਕਿਵੇਂ ਫਿਰ ਅੱਗੇ ਇਹ ਚੀਜ਼ਾਂ ਦਾ ਬੱਚਿਆਂ ਨੂੰ ਜਾ ਕੇ ਜਿਹੜਾ ਡਾਂਸ ਕਰਨੇ ਪੈ ਰਹੇ ਨੇ, ਕੀ ਕਰਨਾ ਪੈ ਰਿਹਾ, ਉਹ ਚੀਜ਼ਾਂ ਦੇ ਪੂਰੇ ਹਾਵ ਭਾਵ ਸਾਨੂੰ ਉਹ ਦੱਸਣੇ ਪਏ ਕਿ ਵੀ ਅਸਲੀਅਤ ਆਹ ਹੈ, ਬੰਦਾ ਇੱਕ ਗਰੀਬ ਬੰਦਾ, ਉਹ ਕਦੇ ਕਿਸੇ ਦੇ ਡਰ 'ਤੇ ਜਾਂਦਾ ਕਿ ਪੈਸੇ ਲਿਆ ਕੇ ਆਵਾਂ ਅਤੇ ਮੈਂ ਆਪਣੀ ਵਾਈਫ ਦਾ ਇਲਾਜ ਕਰਾਵਾਂ, ਉਹਦੇ ਕੋਲ ਪੈਸੇ ਹੁੰਦੇ ਹੀ ਨਹੀਂ, ਇੰਨੇ ਮਤਲਬ ਕਿ ਖਰਚੇ ਇੰਨੇ ਹੋ ਜਾਂਦੇ ਨੇ, ਬੰਦਾ ਅਫੋਰਡ ਹੀ ਨਹੀਂ ਕਰ ਸਕਦਾ। ਸੋ ਉਹ ਮਤਲਬ ਇਸ ਕਰੈਕਟਰ ਨੂੰ ਮਤਲਬ ਕਿ ਮੈਂ ਪੂਰੀ ਆਪਣੇ ਤਸੱਦਨ ਨਾਲ ਜਿਹੜਾ ਇਹਨੂੰ ਕੀਤਾ, ਅਤੇ ਮੈਂ ਇਹ ਮੈਸੇਜ ਇਹ ਦੇਣਾ ਚਾਹੂੰਗਾ ਕਿ ਇਹ ਜਿਹੜੀ ਫਿਲਮ ਹੈ ਇਹਨੂੰ
ਹਰ ਘਰ ਦੇ ਵਿੱਚ ਇਹ ਮੈਸੇਜ ਜਾਣਾ ਚਾਹੀਦਾ ਕਿ ਵੀ ਇਸ ਫਿਲਮ ਨੂੰ ਦੇਖੋ ਅਤੇ ਇਹਨੂੰ ਪ੍ਰਮੋਟ ਕਰੋ। ਬਹੁਤ ਇੱਕ ਹਟ ਕੇ ਜਿਹੜੀ ਮੂਵੀ ਹੈ ਬਣਾਈ ਗਈ ਹੈ, ਇਹਦੇ ਵਿੱਚ ਮਤਲਬ ਇਹ ਨਹੀਂ ਕਿ ਵੀ ਇੱਕ ਹੀਰੋ ਹੀਰੋਇਨ ਦੇ ਪਿੱਛੇ ਗੱਲ ਚੱਲ ਰਹੀ ਹੈ ਜਾਂ ਕੋਈ ਕਮੇਡੀ ਚੱਲ ਰਹੀ ਹੈ, ਠੀਕ ਹੈ, ਪਰ ਹਰ ਇੱਕ ਤਰ੍ਹਾਂ ਦੀ ਫਿਲਮ ਬਣਨੀ ਚਾਹੀਦੀ ਹੈ। ਇਸ ਫਿਲਮ ਨੇ ਇੱਕ ਇੰਡਸਟਰੀ ਨੂੰ ਇੱਕ ਨਵਾਂ ਇੱਕ ਰੂ ਮਤਲਬ ਕਿ ਮੋੜ ਦਿੱਤਾ ਹੈ ਅਤੇ ਪਬਲਿਕ ਨੂੰ ਅੱਜ ਸਾਨੂੰ ਅੱਜ ਜਿੰਨੇ ਵੀ ਇੱਥੇ ਸਾਡੇ ਦਰਸ਼ਕ ਆਏ ਸਾਰਿਆਂ ਨੇ ਇਹ ਸਾਰੀ ਪਿਕਚਰ ਨੂੰ ਸਰਾਇਆ, ਸਾਰਿਆਂ ਦੇ ਕਰੈਕਟਰਸ ਨੂੰ ਬਾਖੂਬੀ ਸਭ ਨੇ ਨਿਭਾਇਆ ਅਤੇ ਅਸੀਂ ਧੰਨਵਾਦ ਕਰਦੇ ਹਾਂ ਇਕਬਾਲ ਢਿੱਲੋਂ ਜੀ ਦਾ ਅਤੇ ਹਮਦਰਦ ਟੀਵੀ ਦਾ ਵੀ ਜਿਨ੍ਹਾਂ ਨੇ ਇੱਥੇ ਆ ਕੇ ਸਾਡੇ ਇਸ ਪੂਰੇ ਪ੍ਰੋਗਰਾਮ ਨੂੰ ਦੇਖਿਆ ਅਤੇ ਸਾਰੇ ਇੰਟਰਵਿਊ ਵਗੈਰਾ ਲੈ ਰਹੇ ਹੋ ਅਤੇ ਇਹ ਪਬਲਿਕ ਤੱਕ ਪਹੁੰਚਾਉਣਾ ਇਹ ਤੁਹਾਡਾ ਕੰਮ ਹੈ ਜੀ। ਬਿਲਕੁਲ, ਅਤੇ ਮੈਂ ਇੱਕ ਸਵਾਲ ਤੁਹਾਡੇ ਸਾਰਿਆਂ ਤੋਂ ਪੁੱਛਣਾ ਚਾਹੂੰਗੀ, ਜਿਸ ਤਰੀਕੇ ਦੇ ਨਾਲ ਹੁਣ ਇਹ ਮੂਵੀ ਇਲੈਕਸ਼ਨਸ ਤੋਂ ਠੀਕ ਪਹਿਲਾਂ ਰਿਲੀਜ਼ ਹੋਈ ਹੈ, ਤੁਹਾਨੂੰ ਕੀ ਲੱਗਦਾ ਕਿ ਜਿੱਦਾਂ ਹੀ ਇਹ ਮੂਵੀ ਯੂਥ ਦੇ ਤੱਕ ਪਹੁੰਚਦੀ ਹੈ ਅਤੇ ਲੋਕ ਇਸ ਨੂੰ ਦੇਖਦੇ ਨੇ, ਕੀ ਲੱਗਦਾ ਕਿ ਇਸਦਾ ਇੰਪੈਕਟ ਜਿਹੜਾ ਹੈ ਪੈ ਸਕਦਾ? ਨਹੀਂ, ਇਹਦੇ ਬਾਰੇ ਅਸੀਂ ਇਹ ਬਿਲਕੁਲ ਨਹੀਂ ਕਹਿਣਾ ਹੈਗਾ ਵੀ ਕਿਸੇ ਵੀ ਧਰਮ ਕਿਸੇ ਵੀ ਆਪਣਾ ਪਾਰਟੀ ਨੂੰ ਅਸੀਂ ਕਿਸੇ ਨੂੰ ਹਿੱਟ ਨਹੀਂ ਕੀਤਾ, ਜੋ ਅਸਲੀਅਤ ਹੈ ਉਹ ਬਿਆਨ ਹੋਈ ਹੈ। ਇਹਦੇ 'ਚ ਅਸੀਂ ਕਿਸੇ ਨੂੰ ਨਹੀਂ ਕਹਿ ਰਹੇ ਕਿ ਕਿਸੇ ਨੂੰ ਵੋਟ ਦਿਓ, ਸਾਡਾ ਤਾਂ ਕੰਮ ਹੈ ਆਪਣੇ ਹੱਕ ਦੇਖੋ, ਇਹ ਵੋਟ ਤੁਹਾਡਾ ਆਪਣਾ ਹੱਕ ਹੈ, ਇਹਨੂੰ ਵੋਟ ਨੂੰ ਪਾਓ, ਚਾਹੇ ਨੋਟਾਂ 'ਤੇ ਮੋਹਰ ਲਾ ਕੇ ਆ ਜਾਓ, ਵੋਟ ਪਾ ਕੇ ਆਓ, ਵੋਟ ਤੁਹਾਡਾ ਅਧਿਕਾਰ ਹੈ। ਜੇ ਇਸ ਨੂੰ ਆਪਾਂ ਗਵਾਉਣਾ ਨਹੀਂ ਹੈ, ਵੋਟ ਪਾਉਣਾ, ਜਿਹਨੂੰ ਮਰਜ਼ੀ ਪਾਓ, ਅਸੀਂ ਕਿਸੇ ਨੂੰ ਨਹੀਂ ਕਹਿ ਰਹੇ, ਅਸੀਂ ਕਿਸੇ ਨੂੰ ਹਿੱਟ ਨਹੀਂ ਕੀਤਾ ਅਤੇ ਬਾਈ ਚਾਂਸ ਇਲੈਕਸ਼ਨਾਂ ਆ ਗਈਆਂ, ਅਦਰਵਾਈਜ਼ ਇਸ ਤਰ੍ਹਾਂ ਦਾ ਕਿਸੇ ਦਾ ਵੀ ਕੋਈ ਮਕਸਦ ਨਹੀਂ ਸੀ ਕਿ ਇਹਨੂੰ ਇਲੈਕਸ਼ਨਾਂ ਦੇ ਟਾਈਮ 'ਤੇ ਲਿਆ ਕੇ ਇਸ ਫਿਲਮ ਨੂੰ ਚਲਾਇਆ ਜਾਵੇ ਅਤੇ ਪਬਲਿਕ ਅੱਗੇ ਰੱਖਿਆ ਜਾਵੇ, ਇਹ ਅਸਲੀਅਤ ਸਾਰੇ ਕੋਲ ਹੈ ਆਲਰੇਡੀ। ਅਤੇ ਬੀਇੰਗ ਅ ਯੂਥ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਦੁਬਾਰਾ ਇਹੀ ਗੱਲ ਕਹਿਣਾ ਚਾਹੂੰਗਾ ਜੀ ਕਿ ਇਹ ਜਿੰਨਾ ਕੁ ਮੂਵੀ ਨੂੰ ਤੁਸੀਂ ਪ੍ਰਮੋਟ ਕਰ ਸਕਦੇ ਹੋ ਇਹ ਦੇਖਣਾ ਚਾਹੀਦਾ, ਸਾਰੀ ਅਸਲੀਅਤ ਹੈ ਜੋ ਪੰਜਾਬ 'ਚ ਹੋਇਆ, ਹੋ ਚੁੱਕਿਆ, ਜੋ ਚੱਲ ਰਿਹਾ ਸਾਰਾ ਕੁਝ ਇਹਦੇ ਵਿੱਚ ਹੈ। ਆਪਾਂ ਨੂੰ, ਮੈਂ ਉਹੀ ਐਜ਼ ਅ ਯੂਥ ਇਹੀ ਕਹੂੰਗਾ ਕਿ ਚਲੋ ਸਾਡਾ ਧਿਆਨ ਅਲੱਗ ਮੂਵੀਜ਼ 'ਚ ਲੱਗਦਾ ਅੱਜ ਕੱਲ੍ਹ, ਕੋਮੇਡੀ ਹੋਵੇ ਜਾਂ ਕੁਛ, ਬਟ ਇੱਕ ਵਾਰ ਮੇਰੇ ਕਹੇ 'ਤੇ, ਛੋਟੇ ਭਰਾ ਦੇ ਕਹੇ 'ਤੇ ਇਹ ਮੂਵੀ ਜ਼ਰੂਰ ਦੇਖ ਕੇ ਆਓ, ਜ਼ਰੂਰ ਯੂਥ ਨੂੰ ਦੇਖਣੀ ਚਾਹੀਦੀ ਹੈ। ਸੋ ਹੁਣ ਇਹ ਸਟਾਰਕਾਸਟ ਦੇ ਨਾਲ ਗੱਲਬਾਤ ਹੋਈ, ਆਪਣੇ ਆਪਣੇ ਇਮੋਸ਼ਨਸ ਉਹਨਾਂ ਨੇ ਦੱਸੇ ਕਿ ਜਦੋਂ ਜਿਹੜਾ ਜਿਹੜਾ ਕਰੈਕਟਰ ਜਿਸ ਬੰਦੇ ਨੇ ਕੀਤਾ ਕਿਵੇਂ ਦਾ ਲੱਗਾ, ਅਤੇ ਇਹ ਮੂਵੀ ਇੱਕ ਸੋਚ ਬਦਲ ਕੇ ਰੱਖ ਦੇਵੇਗੀ, ਜੋ ਸਾਨੂੰ ਦਿਖਦਾ ਅਸਲ ਦੇ ਵਿੱਚ ਉਹ ਚੀਜ਼ ਪ੍ਰੋਪਰ ਨਹੀਂ ਹੁੰਦੀ, ਉਹਦੇ ਪਿੱਛੇ ਦੀ ਕਹਾਣੀ ਹੋਰ ਹੁੰਦੀ, ਉਹਦੇ ਪਿੱਛੇ ਦੀ ਸੱਚਾਈ ਹੋਰ ਹੁੰਦੀ। ਅਤੇ ਮੈਂ ਇਹੀ ਕਹਿਣਾ ਚਾਹੂੰਗੀ ਤੁਹਾਨੂੰ ਸਾਰਿਆਂ ਨੂੰ ਕਿ ਜ਼ਰੂਰ ਇਹ ਜੋ ਤਬਾਹੀ ਰੀਲੋਡਿਡ ਮੂਵੀ ਹੈ ਜ਼ਰੂਰ ਦੇਖੋ, ਤੁਹਾਨੂੰ ਇੱਕ ਅਲੱਗ ਚੀਜ਼ ਦੇਖਣ ਨੂੰ ਮਿਲੇਗੀ, ਤਾਂ ਜ਼ਰੂਰ ਤੁਸੀਂ ਪਹੁੰਚੋ ਇਸ ਮੂਵੀ ਨੂੰ ਦੇਖਣ ਦੇ ਲਈ ਸਿਨੇਮਾ ਘਰਾਂ ਦੇ ਵਿੱਚ। ਸੋ ਇਸ ਵੇਲੇ ਸਾਡੇ ਨਾਲ ਮੈਮ ਮੌਜੂਦ ਨੇ ਜਿਨ੍ਹਾਂ ਨੇ ਇਸ ਮੂਵੀ ਦੇ ਵਿੱਚ ਕਾਸਟਿੰਗ ਕੀਤੀ ਹੈ, ਉਹਨਾਂ ਦੇ ਕੋਲੋਂ ਜਾਣਦੇ ਹਾਂ ਕਿ ਜਿਹੜੇ ਕਰੈਕਟਰ ਸੀ ਉਹਨਾਂ ਨੂੰ ਚੁਣਨ ਦੇ ਵਿੱਚ ਕਿ ਕਿਹੜਾ ਕਿਸ ਕਰੈਕਟਰ ਦੇ ਲਈ ਫਿੱਟ ਬੈਠਦਾ ਆ, ਕਿਹੋ ਜਿਹੀ ਮਿਹਨਤ ਕਰਨੀ ਪਈ, ਕਿਵੇਂ ਦਾ ਉਹ ਐਕਸਪੀਰੀਅੰਸ ਰਿਹਾ? ਕਿ ਬਹੁਤ ਸਾਰੀ ਮਿਹਨਤ ਕਰਨੀ ਪੜੀ ਇਸ ਫਿਲਮ ਕੇ ਕਰੈਕਟਰ ਚੁਣਨੇ ਕੇ ਲੀਏ, 3 ਮਹੀਨੇ ਹਮਨੇ ਓਡੀਸ਼ਨਸ ਕੀਏ, ਤੋ ਫਿਰ ਜਾ ਕੇ ਹਮੇ ਇੱਕ ਫਰੈਸ਼ ਫੇਸ ਲੀਨਾ ਥਾ, ਕਿਉਂਕਿ ਜੋ ਫੇਮਸ ਥੇ ਜਾਂ ਨੋਨ ਥੇ ਵੋ ਸਭੀ ਕਹਿ ਰਹੇ ਥੇ ਕੰਟਰੋਵਰਸੀ ਮੂਵੀ ਹੈ ਤੋ ਹਮ ਇਸਮੇ ਨਹੀਂ ਕਰੇਂਗੇ, ਤੋ ਹਮਨੇ ਅਕੋਰਡਿੰਗ ਟੂ ਕਰੈਕਟਰ ਚੂਜ ਕੀਆ ਕਿ ਜੋ ਰੋਲ ਜਿਸਕੋ ਸੂਟ ਕਰਤਾ ਹੈ, ਤੋ 3 ਮਹੀਨੇ ਜ਼ਰੂਰ ਲੱਗੇ, ਬਟ ਹਮਨੇ ਅਕੋਰਡਿੰਗ ਟੂ ਕਰੈਕਟਰ ਇਸਮੇ ਹਮਨੇ ਸਾਰੇ ਕਰੈਕਟਰ ਉਸ ਹਿਸਾਬ ਸੇ ਲੀਏ ਔਰ ਉਸ ਹਿਸਾਬ ਸੇ ਸਭਕੋ ਰੋਲ ਦਿਆ। ਔਰ ਬਾਕੀ ਫਿਲਮ ਕੀ ਬਾਤ ਕਰੂੰ ਤੋ ਆਪ ਸਭਕੇ ਸਾਹਮਣੇ ਹੀ ਹੈ, ਤੋ ਇਹ ਇੱਕ ਰੀਅਲ ਬੇਸ ਸਟੋਰੀ ਹੈ ਔਰ ਮੈਂ ਇਹ ਰਿਕੁਐਸਟ ਕਰੂੰਗੀ ਇਹ ਫਿਲਮ ਜ਼ਰੂਰ ਦੇਖੇ ਔਰ ਐਸੀ ਫਿਲਮੇ ਬਣਤੀ ਰਹਿਣੀ ਚਾਹੀਏ ਔਰ ਇਸਮੇ ਯੂਥ ਕੋ ਖਾਸ ਕਰ ਜ਼ਰੂਰ ਦੇਖਣੀ ਚਾਹੀਏ, ਯੂਥ ਕੇ ਲੀਏ ਬਹੁਤ ਅੱਛਾ ਮੈਸੇਜ ਹੈ। ਸੋ ਇਸ ਵੇਲੇ ਮੂਵੀ ਦੇ ਸਟਾਰ ਕਾਸਟ ਦੇ ਨਾਲ ਖੜੇ ਹਾਂ, ਤਾਂ
ਇੱਕ ਸ਼ਖਸ ਬਾਰ ਬਾਰ ਕੈਮਰੇ ਤੋਂ ਭੱਜ ਰਿਹਾ ਸੀ, ਮੈਂ ਖਿੱਚ ਕੇ ਲਿਆਂਦਾ, ਮੈਂ ਕਿਹਾ ਵੀ ਮੈਂ ਤਾਂ ਗੱਲ ਜ਼ਰੂਰ ਕਰਨੀ ਆ ਜਿਹਨਾਂ ਦਾ ਕਰੈਕਟਰ ਹੈ ਇਸ ਮੂਵੀ ਦੇ ਵਿੱਚ। ਅਤੇ ਇੱਕ ਅਲੱਗ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਅਸੀਂ ਧਰਮ ਦੇ ਨਾਂ 'ਤੇ ਵੰਡੇ ਹੋਏ ਹਾਂ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਹਿੰਦੂ ਹੈ, ਤਾਂ ਇਸ ਦੇ ਵਿੱਚ ਜੋ ਚਾਰ ਪੰਜ ਦੋਸਤਾਂ ਦੀ ਬੌਂਡਿੰਗ ਦਿਖਾਈ ਗਈ ਹੈ, ਇੱਕ ਸ਼ਰਮਾ ਹੈ, ਇੱਕ ਵਰਮਾ ਹੈ, ਕੁੜੀ ਜੱਟਾਂ ਦੀ ਹੈ, ਮੁਸਲਮਾਨ ਹੈ, ਸਿੱਖ ਹੈ, ਹਰ ਚੀਜ਼ ਦੱਸੀ ਗਈ ਹੈ। ਅਤੇ ਇਸ ਦੇ ਵਿੱਚ ਮੈਂ ਇਹ ਜਾਣਨਾ ਚਾਹੂੰਗੀ ਕਿ ਜਦੋਂ ਤੁਸੀਂ ਇਹ ਕਰੈਕਟਰ ਕਰ ਰਹੇ ਸੀ ਤਾਂ ਕਿਵੇਂ ਦਾ ਲੱਗਾ? ਮੈਨੂੰ ਮਤਲਬ ਨਾ ਬੀਂਗ ਏ ਹਿਊਮਨ ਬਹੁਤ ਵਧੀਆ ਕਰੈਕਟਰ ਲੱਗਿਆ ਹੈ ਨਾ, ਅਤੇ ਮੈਂ ਸੋਚਿਆ ਮੈਂ ਹਾਂ ਵੀ ਜਦੋਂ ਮੈਨੂੰ ਦੱਸਿਆ ਵੀ ਇਹ ਮੁਸਲਮਾਨ ਕਰੈਕਟਰ ਹੈ ਨਾ, ਤਾਂ ਮੇਰੇ ਕੋਲ ਇੱਕ ਓਪਰਚੁਨਿਟੀ ਸੀਗੀ, ਅਤੇ ਮੈਂ ਸੋਚਿਆ ਵੀ ਹੈ ਨਾ ਹਰ ਇੱਕ ਕੋਈ ਟਾਰਗੇਟਿੰਗ ਕਰਦਾ ਹੈ ਨਾ ਸਾਡੇ ਭਰਾਵਾਂ ਨੂੰ, ਤਾਂ ਮੈਂ ਜਦੋਂ ਇਹ ਕਰੈਕਟਰ ਕੀਤਾ ਤਾਂ ਮੈਂ ਆਪਣੇ ਮੇਰੇ ਦੋਸਤ ਵੀ ਹੈ ਨਾ ਵਿੱਚ ਮਤਲਬ ਸਾਡੇ ਸਰਕਲ ਦੇ ਵਿੱਚ, ਤਾਂ ਜਦੋਂ ਮੈਂ ਉਹਨਾਂ ਨੂੰ ਦੱਸਿਆ ਉਹ ਬਹੁਤ ਖੁਸ਼ ਹੋਏ, ਕਹਿੰਦੇ ਤੈਨੂੰ ਕੋਈ ਹੈਜ਼ੀਟੇਸ਼ਨ ਤਾਂ ਨਹੀਂ ਹੈਗੀ ਵੀ ਕਰੈਕਟਰ ਕਰਨ 'ਚ? ਮੈਂ ਕਿਹਾ ਨਹੀਂ ਯਾਰ, ਮੈਨੂੰ ਬਹੁਤ ਚੰਗਾ ਲੱਗਿਆ ਕਿਉਂਕਿ ਉਹ ਵੀ ਸਾਡੇ ਭਰਾ ਨੇ, ਵੀਰ ਨੇ, ਹੈ ਨਾ, ਸਾਡੀ ਕੌਮ ਦੇ ਮਤਲਬ ਬਹੁਤ ਵਧੀਆ, ਉਹਨਾਂ ਨੇ ਸਾਡੇ ਪੈਰ ਪੈਰ 'ਤੇ ਸਾਡਾ ਸਾਥ ਦਿੱਤਾ, ਚਾਹੇ ਹਰਿਮੰਦਰ ਸਾਹਿਬ ਦੀ ਨੀਂਹ ਪੱਥਰ ਰੱਖਣਾ ਹੋਵੇ ਕਿਤੇ ਵੀ, ਹੈ ਨਾ, ਅਤੇ ਮਤਲਬ ਪ੍ਰਾਊਡ ਫੀਲ ਹੋਇਆ ਮੈਨੂੰ ਬਹੁਤ ਵੀ ਅੱਛਾ ਲੱਗਿਆ ਮੈਨੂੰ। ਅਤੇ ਸਾਡੀ ਫਿਲਮ ਵੈਸੇ ਵੀ ਮਤਲਬ ਇਹ ਚੀਜ਼ ਦਿਖਾਈ ਹੋਈ ਹੈ ਵੀ ਅਸੀਂ ਸਭ ਇਕੱਠੇ ਹਾਂ, ਸਰਕਾਰਾਂ ਦੇ ਜੋ ਮਤਲਬ ਸਟੇਟਮੈਂਟ ਜਾਂ ਕੁਛ ਵੀ ਦਿੰਦੇ ਹੈ ਨਾ ਵੀ ਐਂ ਕਰਦੇ ਜੀ ਫਲਾਣਾ ਕਰਦੇ ਆ, ਇਹ ਗਿਣਤੀ 'ਚ ਵੱਧ ਹੋ ਗਏ ਘੱਟ ਹੋ ਗਏ, ਮੈਨੂੰ ਲੱਗਦਾ ਵੀ ਇੱਦਾਂ ਦਾ ਕੋਈ ਵੀ ਆਪਾਂ ਨੂੰ ਇਹਨਾਂ ਦੇ ਬਿਆਨਾਂ 'ਤੇ ਮਤਲਬ ਕੋਈ ਵੀ ਉਹ ਨਹੀਂ ਕਰਨਾ ਚਾਹੀਦਾ ਨਾ, ਰਿਐਕਟ ਨਹੀਂ ਕਰਨਾ ਚਾਹੀਦਾ, ਆਪਸ 'ਚ ਲੜਨਾ ਨਹੀਂ ਚਾਹੀਦਾ, ਅਸੀਂ ਸਾਰੇ ਭਰਾ ਨੇ ਹੈ ਨਾ, ਚਾਹੇ ਮੁਸਲਿਮ ਨੇ, ਸਿੱਖ ਨੇ, ਹਿੰਦੂ ਨੇ, ਕੋਈ ਵੀ ਹੈ, ਮਤਲਬ ਈਸਾਈ ਵੀ ਇੱਥੇ ਤੱਕ ਮੈਂ ਕਹਿੰਦਾ ਗਲਤ ਨਹੀਂ ਹੈ, ਪਰ ਫਿਰ ਵੀ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਜੋ ਉਹਨਾਂ ਦੇ ਧਰਮ ਦੇ ਵਿੱਚ ਕੁਛ ਲਟੇਰੇ ਵੜ ਗਏ ਨੇ ਉਹਨਾਂ ਨੂੰ ਸੋਚਣਾ ਚਾਹੀਦਾ, ਬਸ ਮੇਰਾ ਆਹੀ ਇੱਕ ਮੋਟਿਵ ਸੀਗਾ ਇਸ ਰੋਲ ਨੂੰ ਕਰਨ ਦਾ ਜੀ। ਅਤੇ ਜਦੋਂ ਤੁਹਾਨੂੰ ਸਕ੍ਰਿਪਟ ਦੱਸੀ ਗਈ ਤਾਂ ਇੱਕ ਰੀਅਲ ਬੇਸ ਕਹਿ ਸਕਦੇ ਹਾਂ ਇਹ ਚੀਜ਼ਾਂ, ਅਤੇ ਆਪਣੇ 'ਤੇ ਜਦੋਂ ਚੀਜ਼ ਹੰਡਾਈ ਗਈ ਕਿਵੇਂ ਦਾ ਲੱਗਾ ਕਿ ਜਦੋਂ ਉਸ ਵੇਲੇ ਇੱਦਾਂ ਹੀ ਜਵਾਨ ਮੁੰਡਿਆਂ ਦੇ ਐਨਕਾਊਂਟਰ ਹੁੰਦੇ ਹੋਣੇ ਤਾਂ ਕੀ ਉਹ ਸਮਾਂ ਹੋਇਆ ਹੋਏਗਾ, ਤੁਹਾਡੇ ਜ਼ਿਹਨ 'ਚ ਕੀ ਸੀ? ਹਾਂਜੀ, ਮੈਂ ਨਾ ਅਸਲ 'ਚ ਇੱਕ ਗੱਲ ਦਾ ਸਮਾਂ ਹੈਗਾ ਮਾਝੇ ਤੋਂ ਹੀ ਹਾਂ, ਤਰਨ ਤਾਰਨ ਦਾ ਹਾਂ, ਅਤੇ ਸਾਡੇ ਇਲਾਕੇ 'ਚ ਮਤਲਬ ਬਹੁਤ ਜ਼ਿਆਦਾ ਤਸ਼ੱਦਤ ਹੋਈ, ਮਤਲਬ ਸਾਡੇ ਇਲਾਕੇ ਦੇ ਵਿੱਚ 10 ਸਾਲ ਜੰਨ ਨਹੀਂ ਆਈ ਸੀਗੀ, 10 ਸਾਲ ਜੰਨ ਨਹੀਂ ਆਈ ਸੀਗੀ ਵੀ ਮਤਲਬ ਉਹਦੇ ਬਹੁਤ ਜ਼ਿਆਦਾ ਹੈ ਨਾ, ਅਤੇ ਅਸੀਂ ਵੀ ਮਤਲਬ ਉੱਧਰੋਂ ਇੱਧਰ ਸ਼ਿਫਟ ਹੋ ਗਏ ਸੀਗੇ ਚੰਡੀਗੜ੍ਹ, ਅਤੇ ਜਦੋਂ ਮੈਂ ਇਹ ਮਤਲਬ ਫਿਲਮ ਦੀ ਸਾਰੀ ਸਟੋਰੀ ਸੁਣ ਰਿਹਾ ਸੀਗਾ ਵੀ ਮਤਲਬ ਅੰਦਰੋਂ ਵੀ ਮਤਲਬ ਝੰਜੋੜਨਾ ਪੁਣਾ ਨਹੀਂ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਹੈ ਨਾ, ਵੀ ਉਹ ਹੋ ਗਿਆ ਮੈਨੂੰ ਬਹੁਤ, ਅਤੇ ਮੈਨੂੂੰ ਮਤਲਬ ਬਹੁਤ ਫੀਲ ਹੁੰਦਾ ਸੀਗਾ ਯਾਰ ਵੀ ਮੈਂ ਇਕਬਾਲ ਭਾਅ ਜੀ ਨਾਲ ਕੰਮ ਕਰ ਰਿਹਾ ਜਿਨ੍ਹਾਂ ਨੇ ਮਤਲਬ ਬਹੁਤ ਪੰਜਾਬ ਦੀਆਂ ਬਲੋਕਬਾਸਟਰ ਫਿਲਮਾਂ ਦਿੱਤੀਆਂ ਹੈ ਨਾ, ਬਾਗੀ ਸੂਰਮੇ, ਆਪਣੇ ਪੁੱਤ ਜੱਟਾਂ ਦੇ, ਸ਼ਹੀਦ ਊਧਮ ਸਿੰਘ, ਭਗਤ ਸਿੰਘ ਵਗੈਰਾ, ਬਹੁਤ ਅੱਛੀਆਂ ਫਿਲਮਾਂ ਦਿੱਤੀਆਂ, ਤਾਂ ਕਰਕੇ ਫਿਰ ਮੈਨੂੰ ਬਹੁਤ ਪ੍ਰਾਊਡ ਫੀਲ ਹੋਇਆ ਵੀ ਮੈਂ ਇਹ ਫਿਲਮ ਕਰਨੀ ਹੀ ਕਰਨੀ ਹੈ। ਹਾਂਜੀ, ਸੋ ਹਰ ਇੱਕ ਦੇ ਇਮੋਸ਼ਨਸ ਇਸ ਮੂਵੀ ਦੇ ਨਾਲ ਜੁੜੇ ਹੋਏ ਨੇ, ਹਰ ਇੱਕ ਨੇ ਜੋ ਜੋ ਕਰੈਕਟਰ ਕੀਤਾ ਆਪਣੇ ਤੌਰ 'ਤੇ ਅਲੱਗ ਫੀਲਿੰਗਸ ਨੇ ਉਸ ਚੀਜ਼ ਨੂੰ ਲੈ ਕੇ ਕਿ ਰੀਜ਼ਨ ਕੀ ਰਹੇ ਨੇ, ਕਿਉਂ ਇਹ ਕਰੈਕਟਰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਨਿਭਾਏ ਨੇ, ਜਦੋਂ ਕੰਮ ਕਰ ਰਹੇ ਸੀ ਤਾਂ ਉਹਨਾਂ ਦੇ ਜ਼ਿਹਨ ਦੇ ਵਿੱਚ ਕੀ ਸੀ। ਤਾਂ ਇੱਕ ਸਵਾਲ ਮੇਰਾ ਇਹ ਵੀ ਰਹੇਗਾ ਤੁਹਾਡੇ ਨਾਲ ਕਿ ਮੈਮ ਸਪੈਸ਼ਲੀ ਤੁਹਾਡੇ ਨਾਲ ਕਾਸਟਿੰਗ ਤੁਸੀਂ ਕੀਤੀ ਹੈ ਕਿ ਜ਼ਿਆਦਾਤਰ ਲੋਕ ਕਹਿੰਦੇ ਨੇ ਕਿ ਅਸੀਂ ਵੱਡੇ ਚਿਹਰੇ ਲੈਣੇ ਨੇ ਤਾਂ ਤੁਸੀਂ ਸਾਰੇ ਫਰੈਸ਼ ਫੇਸ ਲਿਆਉਂਦੇ ਨੇ, ਅਤੇ ਕਿਵੇਂ ਮਤਲਬ ਦਿਲ ਦੇ ਵਿੱਚ ਇੱਕ ਵਾਰੀ ਇਹ ਚੀਜ਼ ਸੀਗੀ ਕਿ ਇਹ ਬੱਚੇ ਕਰ ਜਾਣਗੇ? ਹਾਂ ਬਿਲਕੁਲ ਥੀ, ਕਿਉਂਕਿ ਹਮਨੇ ਇਸ ਤਰ੍ਹਾਂ ਸੇ ਹੀ ਫੇਸ ਚੁਣੋ, ਰਹੀ ਬਾਤ ਫਰੈਸ਼ ਫੇਸ ਕੀ, ਤੋ ਕੰਟੈਂਟ ਮੇਂ ਦਮ ਹੋਣਾ ਚਾਹੀਏ ਹੈ, ਕੰਟੈਂਟ ਹਮਾਰੀ ਫਿਲਮ ਕੀ ਜੋ ਸਟੋਰੀ ਥੀ ਵੋ ਇਤਨੀ ਅੱਛੀ ਥੀ, ਔਰ ਆਜ ਕਾ ਜੋ ਕਹਿ ਰਹੇ ਹੋ ਫਸਟ ਟਾਈਮ, ਔਰ ਫਰੈਸ਼ ਫੇਸ, ਆਜ ਕਾ ਜੋ ਫਰੈਸ਼ ਫੇਸ ਹੈ, ਆਜ ਕਾ ਜੋ ਆਰਟਿਸਟ ਹੈ ਵੋ ਕਲ ਕਾ ਸਟਾਰ ਹੈ, ਤੋ ਕਹੀਂ ਸੇ ਤੋ ਸ਼ੁਰੂਆਤ ਕਰਨੀ ਹੈ, ਤੋ ਯੇ ਸੋਚੋ ਕਿ ਹਮਨੇ ਇਨ ਸਬ ਆਰਟਿਸਟ ਕੀ ਤਬਾਹੀ ਰੀਲੋਡਿਡ ਸੇ ਸ਼ੁਰੂਆਤ ਕੀ।
ਬਿਲਕੁਲ, ਔਰ ਬਹੁਤ ਅੱਛੀ ਸ਼ੁਰੂਆਤ ਮੈਂ ਕਹਿ ਸਕਦੀ ਹਾਂ, ਗ੍ਰੈਂਡ ਬਿਗਨਿੰਗ ਕਹਿ ਸਕਦੀ ਹਾਂ ਤੁਹਾਡੇ ਸਾਰਿਆਂ ਦੀ, ਕਿਉਂਕਿ ਐਜ਼ ਏ ਵਿਊਅਰ ਨਾ ਜਦੋਂ ਬੰਦਾ ਇਹ ਚੀਜ਼ਾਂ ਦੇਖਦਾ, ਜਿਹਨੇ ਕੰਮ ਕੀਤਾ ਹੁੰਦਾ ਉਹਨੂੰ ਤਾਂ ਇਹ ਹੁੰਦਾ ਵੀ ਮੈਂ ਆਪਣਾ 100% ਦਿੱਤਾ, ਮੈਂ ਪੂਰੀ ਮਿਹਨਤ ਕੀਤੀ ਹੈ ਤਾਂ ਚੰਗਾ ਹੀ ਹੋਏਗਾ। ਬਟ ਜਦੋਂ ਕੋਈ ਦੇਖਦਾ ਤਾਂ ਉਸਨੂੰ ਐਜ਼ ਏ ਵਿਊਅਰ ਹੁੰਦਾ ਕਿ ਇਸ ਮੂਵੀ ਦੇ ਵਿੱਚ ਕੀ ਹੈ। ਸਟਾਰਟਿੰਗ ਦੇ ਵਿੱਚ ਜਿਵੇਂ ਔਰਕੈਸਟਰਾ ਦਾ ਇੱਕ ਗਾਣਾ ਦਿਖਾਇਆ ਜਾਂਦਾ ਤਾਂ ਇੱਦਾਂ ਲੱਗਦਾ ਕਿ ਯਾਰਾਂ ਦੋਸਤਾਂ 'ਤੇ ਬੇਸਡ ਹੋਏਗੀ ਜਾਂ ਕੋਈ ਇੱਦਾਂ ਦਾ ਹੋਏਗਾ, ਪਿਆਰ ਵਾਲੀ ਮੂਵੀ ਹੋਏਗੀ ਜੋ ਅਕਸਰ ਅਸੀਂ ਪੰਜਾਬੀ ਸਿਨੇਮਾ 'ਚ ਦੇਖਦੇ। ਪਰ ਇੱਕ ਤੋਂ ਬਾਅਦ ਇੱਕ ਨਵੀਂ ਚੀਜ਼ ਇਸ ਦੇ ਵਿੱਚ ਦੇਖਣ ਨੂੰ ਮਿਲੀ ਅਤੇ ਲਾਸਟ ਤੱਕ ਆਉਂਦੇ ਆਉਂਦੇ ਇਸ ਮੂਵੀ ਨੇ ਸਭ ਨੂੰ ਰਵਾ ਕੇ ਰੱਖ ਦਿੱਤਾ ਕਿ ਹੁਣ ਜੋ ਬੱਚੇ ਕੱਲ੍ਹ ਤੱਕ ਕੀ ਸੁਪਨੇ ਲੈ ਕੇ ਆਪਣੇ ਕਾਲਜਾਂ 'ਚ ਪਹੁੰਚੇ ਸੀ, ਅੱਜ ਮਤਲਬ ਉਹਨਾਂ ਦੇ ਵਿੱਚੋਂ ਹਰ ਇੱਕ ਦਾ ਇਸ ਬੁਰੇ ਤਰੀਕੇ ਦੇ ਨਾਲ ਐਨਕਾਊਂਟਰ ਵੀ ਹੋ ਗਿਆ। ਆਪਣੇ ਬੱਚੇ ਜਦੋਂ ਮਾਪੇ ਘਰੋਂ ਭੇਜਦੇ ਨੇ ਕਿ ਬਹੁਤ ਕੁਛ ਉਹ ਵੀ ਸੋਚਦੇ ਨੇ, ਉਹ ਬੱਚੇ ਜਦੋਂ ਨਹੀਂ ਮੁੜਦੇ ਤਾਂ ਉਹਨਾਂ ਮਾਵਾਂ 'ਤੇ ਕੀ ਬੀਤਦੀ ਹੈ, ਹਰ ਇੱਕ ਚੀਜ਼ ਇਸ ਦੇ ਵਿੱਚ ਦੱਸੀ ਗਈ। ਅਤੇ ਇਸਦਾ ਸੈਕਿੰਡ ਪਾਰਟ ਵੀ ਜੋ ਹੈ ਉਹ ਵੀ ਦੱਸਿਆ ਗਿਆ ਕਿ ਸੈਕਿੰਡ ਪਾਰਟ ਵੀ ਆਉਣ ਵਾਲਾ, ਉਸ ਦੇ ਵਿੱਚ ਦੱਸਿਆ ਜਾਏਗਾ ਕਿ ਅੱਗੇ ਕੀ ਹੋਇਆ। ਸੋ ਮੈਂ ਇਹੀ ਕਹੂੰਗੀ ਕਿ ਤੁਸੀਂ ਇਹ ਮੂਵੀ ਜ਼ਰੂਰ ਦੇਖੋ ਔਰ ਤੁਸੀਂ ਕਨੈਕਟ ਵੀ ਕਰੋਗੇ ਇਸ ਮੂਵੀ ਦੇ ਨਾਲ ਕਿ ਕਿੰਨਾ ਕੁਛ ਹੁੰਦਾ ਜਦੋਂ ਘਰੋਂ ਬੰਦਾ ਬਾਹਰ ਨਿਕਲਦਾ, ਬਹੁਤ ਕੁਝ ਦੁਨੀਆ ਦੇ ਵਿੱਚ ਦੇਖਣ ਨੂੰ ਮਿਲਦਾ ਅਤੇ ਹਰ ਇੱਕ ਬੰਦੇ ਦੀ ਲਾਈਫ 'ਚ ਇਹੋ ਜਿਹੇ ਮੋੜ ਜ਼ਰੂਰ ਆਉਂਦੇ ਨੇ। ਸੋ ਜ਼ਰੂਰ ਤੁਸੀਂ ਤਬਾਹੀ ਰੀਲੋਡਿਡ ਆ ਕੇ ਦੇਖੋ ਅਤੇ ਦੇਖੋ ਕਿ ਕਿਸ ਤਰੀਕੇ ਦੇ ਨਾਲ ਇੱਕ ਛੋਟਾ ਪੈਕਟ ਬੜਾ ਧਮਾਕਾ ਕਹਿ ਸਕਦੀ ਹਾਂ, ਇੱਕ ਛੋਟੇ ਜਿਹੇ 2-2.5 ਘੰਟੇ ਦੇ ਵਿੱਚ ਬਹੁਤ ਕੁਝ ਇਹਨਾਂ ਨੇ ਦਿਖਾ ਦਿੱਤਾ। ਸੋ ਮੇਰੀ ਇਹੀ ਅਪੀਲ ਹੈ, ਜ਼ਰੂਰ ਜ਼ਰੂਰ ਇਹ ਮੂਵੀ ਦੇਖੋ। ਸੋ ਹੁਣੇ ਅਸੀਂ ਮੂਵੀ ਦੇਖੀ ਤਬਾਹੀ ਰੀਲੋਡਿਡ। ਮੂਵੀ ਦੇਖ ਕੇ ਇੱਕ ਪਲ ਦੇ ਲਈ ਨਾ ਸਟਾਰਟਿੰਗ ਦੇ ਵਿੱਚ ਲੱਗਿਆ ਕਿ ਸਟੂਡੈਂਟਸ ਦੀ ਲਾਈਫ ਤਾਂ ਹੋਏਗੀ, ਬਟ ਜਿੱਦਾਂ ਜਿੱਦਾਂ ਅੱਗੇ ਦੀ ਅੱਗੇ ਇੱਕ ਤੋਂ ਬਾਅਦ ਇੱਕ ਸੀਨ ਆਉਂਦਾ ਗਿਆ ਅਤੇ ਲਾਸਟ ਤੱਕ ਆਉਂਦੇ ਆਉਂਦੇ ਮਨ ਕਾਫੀ ਜ਼ਿਆਦਾ ਭਾਵੁਕ ਹੋ ਗਿਆ। ਸਾਡੇ ਨਾਲ ਇਸ ਮੌਕੇ ਲੋਕ ਜੋ ਮੂਵੀ ਦੇਖਣ ਆਏ ਸੀ ਉਹ ਮੌਜੂਦ ਨੇ, ਉਹਨਾਂ ਦੇ ਕੋਲੋਂ ਜਾਣਦੇ ਹਾਂ ਕਿ ਜੋ ਫਿਲਮ ਹੈ, ਇਹ ਜੋ ਮੂਵੀ ਹੈ, ਉਹਨਾਂ ਨੂੰ ਕਿਹੋ ਜਿਹੀ ਲੱਗੀ। ਸੋ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗੀ ਮੂਵੀ ਕਿਵੇਂ ਦੀ ਲੱਗੀ। ਬਹੁਤ ਅੱਛੀ ਮੂਵੀ ਲੱਗੀ, ਸਾਰੇ ਪਾਤਰ ਬਹੁਤ ਅੱਛੇ ਕੰਮ ਕਰ ਰਹੇ ਨੇ ਅਤੇ ਮੈਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੀ ਕਿ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਘਰਦਿਆਂ ਨੂੰ ਇਹ ਮੂਵੀ ਜ਼ਰੂਰ ਦਿਖਾਓ, ਬਹੁਤ ਅੱਗੇ ਤੱਕ ਲਿਜਾਓ। ਪਰਮਾਤਮਾ ਕਰੇ ਇਸ ਤਰ੍ਹਾਂ ਦੀਆਂ ਮੂਵੀਆਂ ਬਣਦੀਆਂ ਰਹਿਣ ਅਤੇ ਸਾਡੇ ਦਿਲਾਂ 'ਚ ਜਜ਼ਬੇ ਹੁੰਦੇ ਰਹਿਣ। ਸੋ ਜਿਸ ਤਰੀਕੇ ਦੇ ਨਾਲ ਇਹ ਮੂਵੀ ਅਸੀਂ ਦੇਖੀ, ਬੀਇੰਗ ਮਦਰ ਕਿਵੇਂ ਦੀ ਲੱਗੀ, ਮੈਂ ਪਹਿਲਾਂ ਤਾਂ ਇਹ ਜਾਣਨਾ ਚਾਹੂੰਗੀ ਕਿਉਂਕਿ ਇਸ ਦੇ ਵਿੱਚ ਬੱਚਿਆਂ ਦਾ ਦੱਸਿਆ, ਮਾਵਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਜਵਾਨ ਬੱਚੇ ਕਿਸ ਤਰੀਕੇ ਦੇ ਨਾਲ ਮਾਰੇ ਗਏ ਅਤੇ ਕਿਵੇਂ ਦਾ ਲੱਗਾ, ਮੈਂ ਜਾਣਨਾ ਚਾਹੂੰਗੀ। ਇਹ ਜਿਹੜੀ ਫਿਲਮ ਹੈ, ਸਭ ਤੋਂ ਪਹਿਲਾਂ ਤਾਂ ਮੈਂ ਇਕਬਾਲ ਢਿੱਲੋਂ ਜੀ ਨੂੰ ਵਧਾਈ ਦੇ ਪਾਤਰ ਮੰਨਦੀ ਹਾਂ, ਜਿਨ੍ਹਾਂ ਨੇ ਇੰਨੀ ਹਿੰਮਤ ਹੌਸਲੇ ਨਾਲ ਇਹ ਫਿਲਮ ਬਣਾਈ ਹੈ। ਮੈਂ ਜਦੋਂ ਮੈਂ ਫਿਲਮ ਦੇਖੀ ਮੈਂ ਰੋਈ ਵੀ ਬਹੁਤ ਹਾਂ, ਮੈਨੂੰ ਹੈਰਾਨਗੀ ਵੀ ਬਹੁਤ ਹੋਈ ਹੈ ਕਿਉਂਕਿ ਬੱਚਿਆਂ ਨੂੰ ਮਾਵਾਂ ਦੇ ਸਾਹਮਣੇ ਜਿਹੜੇ ਮਾਰ ਰਹੇ ਨੇ ਔਰ ਕੁੜੀਆਂ ਨਾਲ ਇਹੋ ਜਿਹੇ ਵਿਵਹਾਰ ਕਰ ਰਹੇ ਨੇ, ਉਹ ਦੇਖਣ ਯੋਗ ਨਹੀਂ ਸੀਗਾ। ਅਤੇ ਇਸ ਕਰਕੇ ਮੈਂ ਕਹਿੰਦੀ ਹਾਂ ਇਹਨਾਂ ਦੀ ਹਿੰਮਤ ਹੈ ਜਿਨ੍ਹਾਂ ਨੇ ਇਹ ਫਿਲਮ ਬਣਾ ਕੇ ਇੰਨੀ ਸਾਰੀ ਜਨਤਾ ਨੂੰ ਇੱਥੇ ਫ੍ਰੀ ਦਿਖਾਈ ਔਰ ਨਾਲੇ ਖਾਣ ਪੀਣ ਦਾ ਅਰੇਂਜਮੈਂਟ ਵੀ ਕੀਤਾ, ਪੂਰਾ ਥੀਏਟਰ ਬੁੱਕ ਕਰਾ ਕੇ। ਅਤੇ ਸੱਚਾਈ ਜਿਹੜੀ ਹੈ 1947 ਦੀ ਔਰ 84 ਦੀ ਜਿਹੜੀ ਪਬਲਿਕ ਵਿੱਚ ਇਹਨਾਂ ਨੇ ਲਿਆਂਦੀ ਹੈ, ਅਤੇ ਜਦੋਂ ਤਾਂ ਬੱਚਿਆਂ ਨੂੰ ਮਾਰ ਦੇਣ, ਉਹ ਸੀਨ ਜਿਹੜਾ ਬੜਾ ਮੈਨੂੰ ਕਲੇਜਾ ਛੂਹਣ ਵਾਲਾ ਸੀਗਾ, ਮੇਰਾ ਕਲੇਜਾ ਜਿਹੜਾ ਉਹ ਇੱਕ ਕਿਸਮ ਦਾ ਬਿੰਨਿਆ ਗਿਆ ਉਸ ਸੀਨ ਨੂੰ ਦੇਖ ਕੇ। ਬੱਚੇ ਨੂੰ ਅਗਰ ਫੁਲਕੇ ਦੀ ਗਰਮ ਹਵਾ ਵੀ ਲੱਗ ਜਾਏ ਤਾਂ ਮਾਂ ਉਹ ਵੀ ਨਹੀਂ ਬਰਦਾਸ਼ਤ ਕਰ ਸਕਦੀ, ਪਰ ਜਿਸ ਤਰੀਕੇ ਉਹਨਾਂ ਨੂੰ ਬੱਚਿਆਂ ਨੂੰ ਮਾਰਿਆ ਉਹ ਮੇਰੇ ਤੋਂ ਦੇਖਿਆ ਨਹੀਂ ਗਿਆ। ਮੈਂ ਉਸ ਵਕਤ ਦੀ ਰੋਈ ਜਾ ਰਹੀ ਹਾਂ ਬੈਠੀ ਹੋਈ ਉੱਥੇ, ਪਰ ਮੈਂ ਇਕਬਾਲ ਢਿੱਲੋਂ ਜੀ ਦੀ ਹਿੰਮਤ ਨੂੰ ਫਿਰ ਵਧਾਈ ਦਿੰਦੀ ਹਾਂ। ਮਾਵਾਂ ਅਗਰ ਪੁੱਤਰ ਜਨਮ
ਪੈਦਾ ਕਰਨ ਅਤੇ ਇਕਬਾਲ ਢਿੱਲੋਂ ਜੀ ਵਰਗੇ ਹੋਣ ਜਿਹੜੇ ਇੰਨਾ ਜਿਨ੍ਹਾਂ ਦਾ ਇੰਨਾ ਹੌਸਲਾ ਹੋਵੇ ਇਹ ਫਿਲਮ ਜਿਨ੍ਹਾਂ ਨੇ ਬਣਾ ਕੇ ਇੱਥੇ ਥੀਏਟਰ 'ਚ ਦਿਖਾਈ ਔਰ ਮੈਂ ਸਾਰੀ ਪੰਜਾਬ ਦੀ ਜਨਤਾ ਨੂੰ ਇਹ ਅਪੀਲ ਵੀ ਕਰਦੀ ਹਾਂ ਕਿ ਇਸ ਫਿਲਮ ਨੂੰ ਸਾਰੇ ਹੀ ਦੇਖਣ, ਚਾਹੇ ਪੱਲਿਓਂ ਪੈਸੇ ਲੱਗਣ, ਚਾਹੇ ਫਰੀ ਦਾ ਅਰੇਂਜਮੈਂਟ ਹੋਵੇ, ਚਾਹੇ ਕਿਸ ਤਰ੍ਹਾਂ ਵੀ ਹੋਵੇ, ਆਪਾਂ ਹੋਰ ਇੰਨੇ ਖਰਚੇ ਕਰਦੇ ਹਾਂ ਪਰ ਇਸ ਫਿਲਮ 'ਚ ਜ਼ਰੂਰ ਖਰਚਾ ਕਰਕੇ ਇਸ ਫਿਲਮ ਨੂੰ ਦੇਖਣ। ਸਾਰੇ ਪੰਜਾਬ ਨੂੰ ਮੇਰੀ ਇਹੀ ਬੇਨਤੀ ਹੈ। ਸੋ ਇਸ ਵੇਲੇ ਸਾਡੇ ਨਾਲ ਇੱਕ ਸ਼ਖਸ ਅਜਿਹੇ ਮੌਜੂਦ ਨੇ ਕਿ ਜਦੋਂ ਮੂਵੀ ਖਤਮ ਹੋਈ ਤਾਂ ਮੈਂ ਬਾਹਰ ਨਿਕਲੀ, ਮੈਂ ਦੇਖਿਆ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ, ਤਾਂ ਮੈਂ ਜਾਣਨਾ ਚਾਹੂੰਗੀ ਕਿ ਅਜਿਹਾ ਕੀ ਉਹਨਾਂ ਦੇ ਦਿਲ ਨੂੰ ਛੂ ਗਿਆ ਕਿ ਹਾਲੇ ਵੀ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਸੁੱਕ ਰਹੇ। ਗੱਲ ਇਹ ਹੈ ਕਿ ਜੋ ਪੰਜਾਬ ਵਿੱਚ ਪਹਿਲਾਂ ਬੀਤਿਆ ਉਹ ਸਾਨੂੰ ਅਖਬਾਰਾਂ ਵਿੱਚ ਤਾਂ ਘੱਟ ਮਿਲਦਾ ਸੀ, ਲੇਕਿਨ ਲੋਕਾਂ ਤੋਂ ਜ਼ਬਾਨਾਂ ਤੋਂ ਪਤਾ ਲੱਗਦਾ ਸੀਗਾ। 15-16 ਸਾਲ ਦੇ ਬੱਚੇ ਛੋਟੇ ਉਹਨਾਂ ਨੂੰ ਖੰਭਿਆਂ ਨਾਲ ਬੰਨ੍ਹ ਕੇ ਮਾਰਿਆ ਗਿਆ, ਸ਼ਹੀਦ ਕੀਤਾ ਗਿਆ। ਕਿਸ ਕਰਕੇ ਕਿਸੇ ਨੂੰ ਕਿ ਉਹ ਕਿਸੇ ਨੂੰ ਕਿਸੇ ਖਾਲਿਸਤਾਨੀ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ ਕਰਕੇ ਕੀਤਾ ਗਿਆ ਸਿਰਫ ਆਪਣੇ ਰਾਜ ਨੂੰ ਕਾਇਮ ਕਰਨ ਵਾਸਤੇ। ਇਹ ਫਿਲਮ ਇੱਕ ਅੱਖਾਂ ਖੋਲ੍ਹਣ ਵਾਲੀ ਹੈ, ਸੱਚਾਈ ਹਕੀਕਤ ਨੂੰ ਜਿਸ ਤਰੀਕੇ ਨੂੰ ਉਹਨਾਂ ਬਿਆਨ ਕੀਤਾ ਇਕਬਾਲ ਸਿੰਘ ਢਿੱਲੋਂ ਨੇ, ਇਹਦਾ ਕੋਈ ਮੁਕਾਬਲਾ ਨਹੀਂ। ਵਾਕਈ ਮਦਰ ਇੰਡੀਆ ਤੋਂ ਡੈਕਸਟ ਜਿਹੜੀ ਅਗਰ ਕੋਈ ਪਿਕਚਰ ਹੈ, ਇਹ ਸਾਰੇ ਪੰਜਾਬ ਨਹੀਂ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਇਹਦੀ ਆਵਾਜ਼ ਪਾਉਣੀ ਚਾਹੀਦੀ ਕਿ ਪੰਜਾਬ ਜਿਹੜਾ ਕਿ ਸਭ ਤੋਂ ਅੱਗੇ ਸੀਗਾ ਹਰ ਚੀਜ਼ ਦੇ ਲਿਹਾਜ਼ ਨਾਲ, ਕੁਰਬਾਨੀਆਂ ਦੇ ਲਿਹਾਜ਼ ਨਾਲ, ਆਜ਼ਾਦੀ ਦੀ ਕੁਰਬਾਨੀਆਂ ਦੇ ਲਿਹਾਜ਼ ਨਾਲ, ਉਹਨੂੰ ਪਿੱਛੇ ਕਰਕੇ ਰੱਖਤਾ ਇੱਥੇ ਇਹਨਾਂ ਦੇ ਲੋਕਾਂ ਨੂੰ। ਇਹ ਜੇ ਇਸ ਇਲੈਕਸ਼ਨ ਦੇ ਵਿੱਚ, ਇਸ ਇਲੈਕਸ਼ਨ ਦੇ ਲੋਕਾਂ ਨੂੰ ਆਪਣੇ ਆਪ ਨੂੰ ਸੋਚਣਾ ਪੈਣਾ ਕਿ ਕਿਹਨੂੰ ਵੋਟ ਪਾਉਣੀ ਹੈ, ਕਿਹੜਾ ਜਿਹੜਾ ਪੰਜਾਬ ਦਾ ਹਿੱਤ ਰੱਖਦਾ ਹੈਗਾ। SFIL ਦਾ ਕਿਸ ਤਰੀਕੇ ਨਾਲ ਇਹਨਾਂ ਨੇ ਬਿਆਨ ਕੀਤਾ ਕਿ ਗਦਾਰੀ ਕਰਕੇ ਪੰਜਾਬ ਦਾ ਹਰ ਜਿਹੜਾ ਲੀਡਰ ਰਿਹਾ ਉਹ ਪੰਜਾਬ ਦਾ ਗਦਾਰ ਰਿਹਾ, ਲੇਕਿਨ ਹਰਿਆਣਾ ਉਹ ਦੂਜੇ ਦੇ ਹਰ ਲੀਡਰ ਅਪੋਜੀਸ਼ਨ ਚਾਹੇ ਰੂਲਿੰਗ ਪਾਰਟੀ ਉਹ ਆਪਣੇ ਸੂਬੇ ਦੇ ਹੱਕ ਦੀ ਗੱਲ ਕਰਦਾ ਰਿਹਾ ਅਤੇ ਪੰਜਾਬ ਦੇ ਸਾਰੇ ਲੀਡਰ ਕੋਈ ਵੀ ਹੈ ਇਸੇ ਪਿਕਚਰ ਨੇ ਇਸ ਜਿਹੜੀ ਪਿਕਚਰ ਜਿਹੜੀ ਇਸਦੇ ਇਕਬਾਲ ਸਿੰਘ ਢਿੱਲੋਂ ਨੇ ਬਿਆਨ ਕਰਤੀ ਕਿ ਪੰਜਾਬ ਦਾ ਗਦਾਰੀ ਸਾਡੇ ਆਪਣੇ ਲੋਕਾਂ ਨੇ ਕੀਤਾ, ਆਪਣੇ ਲੀਡਰਾਂ ਨੇ ਕੀਤੀ ਹੈ, ਪਬਲਿਕ ਜਿਹੜੀ ਹੈਗੀ ਉਹ ਬੇਕਸੂਰ ਹੈ। ਸੋ ਇਸ ਵੇਲੇ ਸਾਡੇ ਨਾਲ ਜਸਵਿੰਦਰ ਸਿੰਘ ਜੀ ਮੌਜੂਦ ਨੇ, ਉਹਨਾਂ ਦੇ ਕੋਲੋਂ ਜਾਣਦੇ ਹਾਂ ਕਿ ਇਹ ਜੋ ਮੂਵੀ ਹੈ ਇੱਕ ਅਲੱਗ ਕੌਨਸੈਪਟ ਹੈ ਬਿਲਕੁਲ, ਅਤੇ ਇਸ ਮੂਵੀ ਨੂੰ ਦੇਖ ਕੇ ਉਹਨਾਂ ਨੂੰ ਕਿਵੇਂ ਦਾ ਲੱਗ ਰਿਹਾ, ਕਿ ਲੋਕਾਂ ਦੇ ਰਿਐਕਸ਼ਨ ਵੀ ਕਿਹੋ ਜਿਹੇ ਇਸ ਮੂਵੀ ਨੂੰ ਦੇਖ ਕੇ ਆਏ ਨੇ। ਸੋ ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਮੂਵੀ ਨੂੰ ਦੇਖਣ ਤੋਂ ਬਾਅਦ ਇੱਕ ਗੱਲ ਤਾਂ ਸਮਝ ਆਈ ਹੈ ਕਿ ਬੜੀ ਉਹਨਾਂ ਨੇ ਹਿੰਮਤ ਕਰਕੇ, ਔਰ ਜੋ ਇਕੱਲੇ ਪੰਜਾਬ ਦੀ ਸੱਚਾਈ ਨਾ ਕਹੋਵੇ, ਪੂਰੇ ਹਿੰਦੁਸਤਾਨ ਦੀ ਹੀ ਸੱਚਾਈ ਹੈ ਜਿਹੜਾ ਦੁਖਿਆਂਤ ਵਾਪਰ ਰਿਹਾ ਨਾ, ਪੂਰੇ ਇੰਡੀਆ 'ਚ ਹੀ ਵਾਪਰ ਰਿਹਾ, ਕਿਉਂਕਿ ਇਹ ਨਸ਼ਾ ਹਰ ਪਾਸੇ ਹੈਗਾ, ਕਿਸਾਨਾਂ ਨਾਲ ਜਿਹੜੀ ਸਮੱਸਿਆਵਾਂ ਹਰ ਪਾਸੇ ਨੇ, ਯੂਥ ਦੀ ਬੇਰੁਜ਼ਗਾਰੀ ਹਰ ਪਾਸੇ ਹੈਗੀ ਆ। ਅਤੇ ਇਹ ਫਿਲਮ ਮੈਂ ਤਾਂ ਜ਼ਰੂਰ ਕਹਾਂਗਾ ਕਿ ਇਸ ਫਿਲਮ ਨੂੰ ਇਕੱਲੇ ਪੰਜਾਬੀ 'ਚ ਨਹੀਂ, ਇਹਨੂੰ ਤਾਂ ਹਿੰਦੀ, ਇੰਗਲਿਸ਼ ਔਰ ਜਿਹੜੀ ਜਿਹੜੀ ਵੀ ਇੰਡੀਆ ਦੀ ਲੈਂਗੁਏਜਸ ਨੇ, ਤਮਿਲ ਹੈ, ਕੰਨੜ ਹੈ, ਬੰਗਾਲੀ ਹੈ, ਸਭ ਦੇ ਵਿੱਚ ਹੋਣਾ ਚਾਹੀਦਾ ਹੈਗਾ, ਔਰ ਇਹ ਸਾਰੇ ਪਾਸੇ ਦਿਖਾਉਣੀ ਚਾਹੀਦੀ ਹੈਗੀ ਆ ਮੂਵੀ ਹੈ, ਕਿਉਂਕਿ ਇਸ ਤਰ੍ਹਾਂ ਦੀ ਮੂਵੀਆਂ ਬਹੁਤ ਘੱਟ ਹੀ ਬਣਦੀਆਂ ਨੇ, ਕਿਉਂਕਿ ਇਹਦੇ 'ਚੋਂ ਪੈਸਾ ਕਮਾਉਣ ਵਾਸਤੇ ਨਹੀਂ ਬਣਾਈ ਉਹਨਾਂ ਨੇ ਮੂਵੀ, ਔਰ ਇਹਦੇ ਕੋਈ ਬੜੇ ਵੱਡੇ ਵੱਡੇ ਸਟਾਰ ਨਹੀਂ ਉਹਨਾਂ ਨੇ ਕਾਸਟ ਕੀਤੇ ਕਿ ਜਿਹਨਾਂ ਦੇ ਨਾਂ 'ਤੇ ਮੂਵੀ ਚੱਲਣੀ ਹੈ। ਇਸ ਦੀ ਜਿਹੜੀ ਸਟੋਰੀ ਆ ਉਹਨੇ ਚਲਾਏ, ਉਸਨੇ ਇਸ ਨੂੰ ਚਲਾਉਣਾ, ਜੋ ਸੱਚ ਹੈ, ਜੋ ਸੱਚ ਹੈਗਾ, ਜੋ ਪੰਜਾਬ 'ਚ ਹੋ ਰਿਹਾ ਹੈਗਾ ਉਹਦੇ ਉੱਤੇ ਹੈਗੀ ਆ। ਮੈਂ ਤਾਂ ਇਹੀ ਕਹਾਂਗਾ ਕਿ ਹਰ ਯੂਥ ਨੂੰ ਇਸ ਮੂਵੀ ਨੂੰ ਦੇਖਣਾ ਚਾਹੀਦਾ। ਹੁਣ ਜਿਹੜਾ ਆਉਣ ਵਾਲਾ ਟਾਈਮ ਹੈ, ਲੋਕ ਸਭਾ ਦੇ ਇਲੈਕਸ਼ਨ ਚੱਲ ਹੀ ਰਹੇ ਨੇ, ਅਤੇ ਅਸੀਂ ਵੋਟਾਂ ਦੇ ਕੇ ਬਾਅਦ ਹੀ ਪਛਤਾਉਣ ਤੋਂ ਚੰਗਾ ਹੈਗਾ ਕਿ ਹੁਣ ਸੋਚ ਸਮਝ ਕੇ ਆਪਣੀ ਵੋਟਾਂ ਪਾਈਏ। ਇਕੱਲੇ ਇਹ ਨਾ ਦੇਖੀਏ ਕਿ ਪਾਰਟੀ ਕਿਹੜੀ ਹੈ, ਕੌਣ ਕੀ ਹੈਗਾ। ਪਾਰਟੀਆਂ ਤਾਂ ਇਸ ਤਰ੍ਹਾਂ ਹੀ ਨੇ, ਇਹ ਲੀਡਰ ਅੱਜ ਇੱਧਰ ਹੁੰਦਾ, ਕੱਲ੍ਹ ਉੱਧਰ ਚਲਾ ਜਾਂਦਾ, ਕੱਲ੍ਹ ਉੱਧਰੋਂ ਉੱਧਰ ਚਲਾ ਜਾਂਦਾ, ਜਿੱਧਰ ਉਹਨੂੰ ਥੋੜ੍ਹਾ ਜਿਹਾ ਸਮਝ ਆਉਂਦੀ ਗੱਲ ਉੱਧਰ ਭੱਜ ਜਾਂਦਾ ਹੈਗਾ ਜੀ। ਅਤੇ ਮੈਂ ਇੱਕ ਚੀਜ਼ ਹੋਰ ਤੁਹਾਡੇ ਤੋਂ ਪੁੱਛਣਾ ਚਾਹਾਂਗੀ, ਜਿਸ ਤਰੀਕੇ ਦੇ ਨਾਲ ਇਸ ਫਿਲਮ
ਦੇ ਵਿੱਚ ਕਰੈਕਟਰ ਸੀ, ਮਿਨਿਸਟਰਸ ਜੋ ਵੀ ਦਿਖਾਏ ਗਏ ਇਸ ਫਿਲਮ ਦੇ ਵਿੱਚ, ਇੱਕ ਸਿਗਨੀਫਿਕੈਂਟ ਵੇ ਦੇ ਨਾਲ ਹਰ ਇੱਕ ਚੀਜ਼ ਰਿਪ੍ਰਜੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਚਾਹੇ ਉਹ ਧਰਮ ਪਰਿਵਰਤਨ ਹੋਵੇ, ਚਾਹੇ ਸਟੂਡੈਂਟ ਲਾਈਫ ਹੋਵੇ, ਚਾਹੇ ਪੋਲੀਟਿਕਸ ਹੋਵੇ, ਚਾਹੇ ਇੱਕ ਪਰਿਵਾਰ ਦੇ ਅੰਦਰ ਦਾ ਦੁੱਖ ਹੋਵੇ, ਧੀ ਪੁੱਤਾਂ ਦੀ ਜਦੋਂ ਉਹਨਾਂ ਦੇ ਨਾਲ ਮਾੜਾ ਕੀਤਾ ਜਾਂਦਾ, ਜੇਕਰ ਕੋਈ ਆਵਾਜ਼ ਚੱਕਦਾ ਤਾਂ ਉਹਨਾਂ ਨੂੰ ਦੱਬਿਆ ਜਾਂਦਾ, ਤਾਂ ਬੀਇੰਗ ਅ ਵਿਊਅਰ ਤੁਹਾਨੂੰ ਕਿਵੇਂ ਦਾ ਲੱਗਾ ਇਹ ਸਭ? ਦੇਖੋ ਇਹ ਹੈ ਤਾਂ ਨਜਾਇਜ਼ ਤਾਂ ਹੋ ਹੀ ਰਿਹਾ, ਅਗਰ ਕੋਈ ਸੱਚ ਬੋਲਦਾ ਹੈਗਾ ਤਾਂ ਉਹਨੂੰ ਤੰਗ ਤਾਂ ਕੀਤਾ ਹੀ ਜਾਂਦਾ ਹੈਗਾ, ਕਿਸੇ ਨਾ ਕਿਸੇ ਵੇਚ ਫਸਾ ਲੈਂਦੇ ਨੇ, ਸਰਕਾਰਾਂ ਕੋਲ ਪਾਵਰਾਂ ਹੁੰਦੀਆਂ ਨੇ, ਅਫਸਰਸਾਈ ਕੋਲ ਪਾਵਰਾਂ ਹੁੰਦੀਆਂ ਨੇ, ਇਨਸਾਨ ਤੋਂ ਕਿਹਾ ਕੋਈ ਗਲਤੀ ਹੋ ਜਾਂਦੀ ਹੈ ਉਹਦਾ ਉਹ ਫਾਇਦਾ ਚੁੱਕਦੇ ਨੇ, ਫਿਰ ਉਹਨੂੰ ਪਰੇਸ਼ਾਨ ਕੀਤਾ ਜਾਂਦਾ ਹੈਗਾ, ਸਭ ਕੁਝ ਕੀਤਾ ਜਾਂਦਾ, ਇਹ ਤਾਂ ਚੱਲ ਹੀ ਰਿਹਾ ਹੈਗਾ, ਤੁਹਾਨੂੰ ਪਤਾ ਹੀ ਹੈ ਸਾਰੇ ਪਾਸੇ ਹੀ ਹੋ ਰਿਹਾ ਹੈਗਾ, ਕੋਈ ਨਵੀਂ ਗੱਲ ਤਾਂ ਨਹੀਂ ਹੈ, ਲੇਕਿਨ ਇਹ ਹੈਗਾ ਕਿ ਮਤਲਬ ਇਸ ਫਿਲਮ ਨੇ ਇੱਕ ਮੈਸੇਜ ਜ਼ਰੂਰ ਦਿੱਤਾ ਹੈਗਾ ਕਿ ਕੀ ਕੁਛ ਹੋ ਰਿਹਾ ਹੈਗਾ, ਮਤਲਬ ਸਟੇਟ ਦੇ ਵਿੱਚ ਕੀ ਹੋ ਰਿਹਾ ਜਾਂ ਬਾਕੀ ਪੂਰੇ ਭਾਰਤ ਵਿੱਚ ਵੀ ਕੀ ਹੋ ਰਿਹਾ। ਨਸ਼ਾ ਦੇਖੋ ਇਕੱਲੇ ਪੰਜਾਬ ਦੀ ਸਮੱਸਿਆ ਨਹੀਂ ਰਹਿ ਗਈ ਹੁਣ, ਇਹ ਪੂਰੇ ਦੁਨੀਆ ਦੀ ਔਰ ਖਾਸ ਕਰਕੇ ਹਿੰਦੁਸਤਾਨ ਦੇ ਹਰ ਕੋਨੇ ਕੋਨੇ ਦੀ ਸਮੱਸਿਆ, ਬੇਰੁਜ਼ਗਾਰੀ ਦੀ ਸਮੱਸਿਆ ਹੈ ਹੀ ਹੈ, ਕਾਰਪੋਰੇਟ ਵਰਲਡ ਦੇ ਹੱਥ ਦੇਸ਼ ਲੁੱਟਿਆ ਜਾ ਰਿਹਾ ਹੈਗਾ, 16-16 ਲੱਖ ਕਰੋੜ ਰੁਪਈਆ ਤੁਸੀਂ ਉਹਨਾਂ ਨੂੰ ਮਾਫ਼ ਕਰ ਦਿੰਦੇ ਹੈਗੇ ਹੋ ਔਰ ਕੋਈ ਉਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਹੈਗਾ, ਅਤੇ ਉਹ ਜਿਹੜਾ ਹੈਗਾ ਨੁਕਸਾਨ ਤਾਂ ਅਲਟੀਮੇਟਲੀ ਸਾਡੇ ਸਿਰ 'ਤੇ ਪੈਣਾ, ਅੱਜ ਦੇਸ਼ ਦੇ ਉੱਤੇ 216 ਲੱਖ ਕਰੋੜ ਦਾ ਕਰਜ਼ਾ ਹੈਗਾ, ਅਤੇ ਕਦੀ ਸੋਚਦਾ ਕੋਈ ਇਸ ਬੰਦਾ ਇਸ ਬਾਰੇ? ਅਸੀਂ ਉਹ ਦੇਖ ਲੈਂਦੇ ਹਾਂ ਜੀ ਉਹ ਫਲਾਨੀ ਜਾਤੀ ਦਾ ਹੈ, ਉਹ ਫਲਾਨੇ ਨੂੰ ਦਬਾ ਰਿਹਾ, ਫਲਾਨੇ ਨੂੰ ਐਵੇਂ ਕਰ ਰਿਹਾ, ਫਲਾਨੇ ਨੇ ਇਹ ਬਣਾ ਦਿੱਤਾ, ਫਲਾਨੇ ਨੂੰ ਬਣਾ ਦਿੱਤਾ, ਉਹਨੂੰ ਵੋਟ ਪਾ ਦਿਓ, ਬਟ ਇਹ ਤਾਂ ਦੇਖ ਨਹੀਂ ਰਿਹਾ ਕਿ ਸਾਡਾ ਦੇਸ਼ ਜਾ ਕਿਹੜੇ ਪਾਸੇ ਰਿਹਾ ਹੈ, ਅਸੀਂ ਕਿੱਥੇ ਜਾ ਰਹੇ ਹੈਗੇ ਹਾਂ। ਜਿਹੜਾ ਆਉਂਦਾ ਹੈਗਾ ਇਹ ਕਿਆ ਕਹਿੰਦਾ ਕਿ ਅਸੀਂ ਬਦਲਾਓ ਲਿਆਵਾਂਗੇ, ਬਦਲਾਓ ਸਾਨੂੰ ਤਾਂ ਕੋਈ ਨਜ਼ਰ ਆਇਆ ਨਹੀਂ ਅਜੇ ਤੱਕ, ਬਦਲਾਓ ਤਾਂ ਕੁਛ ਵੀ ਨਹੀਂ ਨਜ਼ਰ ਆਇਆ, ਮਤਲਬ ਦੇਖ ਹੀ ਰਿਹਾ, ਜਦੋਂ ਦੇ ਹੋਸ਼ ਸੰਭਾਲੀ ਹੈ ਅਸੀਂ ਦੇਖਦੇ ਹਾਂ ਇੱਕ ਜਾਂਦਾ ਦੂਜਾ ਆ ਜਾਂਦਾ, ਦੂਜਾ ਜਾਂਦਾ ਤਾਂ ਦੂਜਾ ਆ ਜਾਂਦਾ ਹੈਗਾ, ਬਿਮਾਰੀਆਂ ਵੱਟੀਆਂ ਹੋਈਆਂ ਨੇ ਇਹਨਾਂ ਨੇ ਕਿ ਤੁਸੀਂ ਹੁਣ ਤੁਸੀਂ ਕੁਛ ਕਰ ਲਓ, ਅਗਲੀ ਵਾਰੀ ਕੋਈ ਹੋਰ ਆ ਜਾਏਗਾ, ਉਸ ਤੋਂ ਅਗਲੀ ਵਾਰੀ ਕੋਈ ਹੋਰ ਆ ਜਾਏਗਾ। ਅਤੇ ਇੱਕ ਚੀਜ਼ ਮੈਂ ਪੁੱਛਣਾ ਚਾਹੂੰਗੀ, ਜਦੋਂ 84 ਦੀ ਗੱਲ ਹੁੰਦੀ ਆ ਬੀਇੰਗ ਅ ਸਿੱਖ, ਹਰ ਉਹ ਚੀਜ਼ ਅੰਦਰ ਇੱਕ ਮਤਲਬ ਟ੍ਰਿਗਰ ਕਰ ਜਾਂਦੀ ਹੈ, ਇਸ ਫਿਲਮ ਦੇ ਵਿੱਚ 84 ਵੀ ਦੱਸੀ ਗਈ, ਇਸ ਫਿਲਮ ਦੇ ਵਿੱਚ ਕਰੋਨਾ ਵੀ ਦੱਸਿਆ ਗਿਆ, ਕਰੋਨਾ ਦਾ ਜ਼ਿਕਰ ਹੋਇਆ, ਇਸ ਫਿਲਮ ਦੇ ਵਿੱਚ ਹਰ ਉਹ ਚੀਜ਼ ਦੱਸੀ ਗਈ ਜੋ 47 ਤੋਂ ਲੈ ਕੇ ਅੱਜ ਤੱਕ 2024 ਤੱਕ ਹੋਈ। ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦਾ, ਮੈਂ ਛੋਟੀ ਜਿਹੀ ਗੱਲ ਦੱਸ ਦਿੰਦਾ, ਇਸ ਮੂਵੀ ਨੂੰ ਦੇਖਣ ਤੋਂ ਬਾਅਦ ਇੱਕ ਗੱਲ ਸਮਝ ਆਈ ਹੈ, ਜਿਵੇਂ ਕਹਿੰਦੇ ਨਾ ਗਾਗਰ ਇਜ਼ ਸਾਗਰ, ਗਾਗਰ ਹੁੰਦੀ ਹੈ ਘੜਾ ਅਤੇ ਸਾਗਰ ਉਹਦੇ 'ਚ ਪਾ ਲਓ, ਇਹ ਮੂਵੀ ਹੋਈ ਹੈ ਇਹ ਛੋਟੀ ਜਿਹੀ ਮੂਵੀ, 3 ਘੰਟੇ 2.5-3 ਘੰਟੇ ਦੀ ਮੂਵੀ ਦੇ ਅੰਦਰ ਇਹਨਾਂ ਨੇ ਹਰ ਚੀਜ਼ ਨੂੰ ਕਵਰ ਕਰ ਲਿਆ ਹੈਗਾ, ਬਹੁਤ ਅੱਛੇ ਤਰੀਕੇ ਨਾਲ ਕਵਰ ਕੀਤਾ ਹੈ, ਨਵੇਂ ਨਵੇਂ ਲੋਕਾਂ ਨੂੰ, ਨਵੇਂ ਨਵੇਂ ਐਕਟਰਾਂ ਨੂੰ ਲੈ ਕੇ ਜਾਂ ਜਿਹੜੇ ਸ਼ੌਂਕੀ ਐਕਟਿੰਗ ਕਰਦੇ ਨੇ ਉਹਨਾਂ ਨੂੰ ਲੈ ਕੇ ਇਹਨਾਂ ਨੇ ਗਾਗਰ ਹੀ ਸਾਗਰ ਕੀਤਾ ਹੈਗਾ। ਇਸ ਵਾਸਤੇ ਢਿੱਲੋਂ ਸਾਹਿਬ ਦਾ ਔਰ ਉਹਨਾਂ ਦੀ ਟੀਮ ਦਾ ਜਿੰਨਾ ਧੰਨਵਾਦ ਕੀਤਾ ਜਾਏ ਉਨਾ ਘੱਟ ਹੈ, ਬਹੁਤ ਵਧੀਆ ਹੋਇਆ। ਔਰ ਮੈਂ ਤਾਂ ਇਹੀ ਕਹਾਂਗਾ, ਤੁਹਾਨੂੰ ਹੀ ਕਹਾਂਗਾ, ਤੁਹਾਡੇ ਚੈਨਲ, ਤੁਹਾਡੀ ਦੁਨੀਆ ਲੱਖਾਂ ਤੁਹਾਡੇ ਸਬਸਕ੍ਰਾਈਬਰ ਨੇ, ਤੁਸੀਂ ਜ਼ਰੂਰ ਲੋਕਾਂ ਨੂੰ ਅਪੀਲ ਕਰੋ ਕਿ ਇਸ ਮੂਵੀ ਨੂੰ ਦੇਖਣ, ਇਸ ਮੂਵੀ ਨੂੰ ਦੇਖਣ ਤੋਂ ਬਾਅਦ ਉਹਨਾਂ ਨੂੰ ਘੱਟੋ ਘੱਟ ਸਮਝ ਆਏਗੀ ਕਿ ਹੋ ਕੀ ਰਿਹਾ ਹੈਗਾ, ਕਿਸ ਤਰ੍ਹਾਂ ਨੈਕਸਸ ਹੁੰਦਾ ਹੈਗਾ, ਕਿਸ ਤਰ੍ਹਾਂ ਮਿਲ ਕੇ ਹੁੰਦਾ, ਕਿਉਂ ਨਹੀਂ ਨਸ਼ਾ ਖਤਮ ਹੋ ਸਕਦਾ, ਕਿਉਂ ਨਹੀਂ ਜਿਹੜੀ ਚੀਜ਼ਾਂ, ਕਿਉਂ ਅੱਜ ਲੁੱਟ ਖੂਹਾਂ ਨਹੀਂ ਬੰਦ ਹੁੰਦੀਆਂ, ਕਿਉਂ ਨਹੀਂ ਅੱਜ ਜਿਹੜੇ ਬਾਈਨਸ ਬੰਦ ਹੁੰਦੀਆਂ, ਸਾਰੀਆਂ ਇਸੇ ਕਰਕੇ ਹੈ ਕਿ ਕਿਤੇ ਨਾ ਕਿਤੇ ਸਿਸਟਮਸ ਦੇ ਵਿੱਚ ਸਭ ਮਿਕਸਅਪ ਹੋਇਆ ਹੋਇਆ ਕੰਮ, ਇਹ ਨਹੀਂ ਪਤਾ ਲੱਗ ਰਿਹਾ ਕਿ ਗਲਤ ਕੌਣ ਹੈ ਅਤੇ ਸਹੀ ਕੌਣ ਹੈ, ਸਾਰੇ ਮਿਲੇ ਹੋਏ ਨੇ, ਮਿਲ ਕੇ ਹੀ ਹੋ ਰਿਹਾ ਸਾਰਾ ਕੰਮ, ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਹੀ ਆ, ਤੁਸੀਂ ਇਹ ਤਾਂ ਹੈ ਨਹੀਂ ਕਿ ਤੁਹਾਨੂੰ ਨਹੀਂ ਪਤਾ, ਸਾਡੇ ਤੋਂ ਜ਼ਿਆਦਾ ਪਤਾ ਤੁਹਾਨੂੰ ਇਹਨਾਂ ਚੀਜ਼ਾਂ ਦਾ, ਤੁਸੀਂ ਰੋਜ਼ ਵਿਚਰਦੇ ਹੋ ਇਹਨਾਂ ਦੇ ਵਿੱਚ, ਪਰ ਮੁੱਕਦੀ ਗੱਲ ਇਹ ਹੈ ਕਿ ਇਹ ਮੂਵੀ ਜਿਹੜੀ ਹੈ ਗਾਗਰ ਹੀ ਸਾਗਰ ਵਾਲੀ ਗੱਲ। ਥੈਂਕ ਯੂ ਜੀ। ਬਹੁਤ ਹੀ ਪ੍ਰੋਮੀਨੈਂਟ ਸ਼ਖਸੀਅਤਾਂ ਜੋ ਸਾਡੇ ਚੰਡੀਗੜ੍ਹ ਮੋਹਾਲੀ ਤੋਂ ਨੇ ਉਹ ਖੜ੍ਹੇ ਨੇ, ਤੁਸੀਂ ਸਾਰਿਆਂ ਨੇ ਫਿਲਮ ਦੇਖੀ ਹੈ, ਆਪਾਂ ਅਕਸਰ ਸਿਨੇਮਿਆਂ ਦੇ ਵਿੱਚ ਫਿਲਮਾਂ ਵੇਖਦੇ ਹਾਂ, ਇੱਕ ਪਰਸਨ ਜਿਹੜਾ ਹੈ ਉਹਦੇ ਉੱਪਰ ਘੱਟੋ ਘੱਟ 1000 ਰੁਪਇਆ ਖਰਚ ਆ ਜਾਂਦਾ, ਜੇਕਰ ਆਪਾਂ ਗੋਲਡ ਜਾਂ ਸਿਲਵਰ ਟਿਕਟ ਲੈਂਦੇ ਹਾਂ, ਆਪਣੇ ਬੱਚੇ ਨਾਲ ਲੈ ਕੇ ਆਉਣੇ, ਫੈਮਿਲੀ ਲੈ ਕੇ ਆਉਣੇ, 3-3-4-4 ਹਜ਼ਾਰ ਰੁਪਇਆ ਖਰਚ ਕਰਕੇ ਆਪਾਂ ਜਾਂਦੇ ਹਾਂ। ਇਹ ਇਕਬਾਲ ਸਿੰਘ ਢਿੱਲੋਂ ਨੇ ਜਿਨ੍ਹਾਂ ਨੇ ਪੰਜਾਬ ਜਿਸ ਖਿੱਤੇ ਦੇ ਵਿੱਚ ਆਪਾਂ ਰਹਿ ਰਹੇ ਹਾਂ ਉਸ ਲਈ ਇੱਕ ਫਿਲਮ ਬਣਾਈ ਹੈ, ਇਹਨਾਂ ਨੇ ਪੁੱਤ ਜੱਟਾਂ ਦੀ ਫਿਲਮ ਵੀ ਬਣਾਈ ਸੀ, ਤੁਸੀਂ ਬੜੀ ਪਸੰਦ ਕੀਤੀ, ਆਪਣੇ ਵਿੱਚੋਂ ਬਹੁਤ ਸਾਰੇ ਨੇ ਜਿਹੜੇ ਉਹਨਾਂ ਦੀ ਉਮਰ ਢਲ ਗਈ, ਸਾਡੀ ਉਮਰ ਤੱਕ ਪਹੁੰਚ ਗਏ, ਲੇਕਿਨ
ਇਸ ਫਿਲਮ ਦਾ ਮਕਸਦ ਕੀ ਹੈ? ਇਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਲਈ ਨਹੀਂ ਹੈਗੀ, ਪਾਤਰ ਜ਼ਰੂਰ ਨੇ। ਆਪਾਂ ਅਕਸਰ ਵੇਖਦੇ ਹਾਂ ਫਿਲਮ ਦੇ ਵਿੱਚ ਸੰਨੀ ਦਿਓਲ ਹੋਣਾ ਚਾਹੀਦਾ, ਅਸੀਂ ਉਹਨੂੰ ਵੇਖਦੇ ਹਾਂ, ਅਕਸ਼ੇ ਕੁਮਾਰ ਨੂੰ ਦੇਖਦੇ ਹਾਂ, ਜਾਂ ਇੱਥੇ ਜਿਹੜੀਆਂ ਆਪਣੀਆਂ ਪੰਜਾਬ ਦੇ ਜਿਹੜੇ ਐਕਟਰ ਨੇ ਉਹਨਾਂ ਨੂੰ ਆਪਾਂ ਵੇਖਦੇ ਹਾਂ ਕਿ ਆਹ ਜਿਹੜਾ ਫਲਾਣਾ ਐਕਟਰ ਉਹਦੀ ਫਿਲਮ ਆਈ ਹੈ ਅਤੇ ਉਹਨੂੰ ਆਪਾਂ ਦੇਖੀਏ। ਲੇਕਿਨ ਇਸ ਦੇ ਵਿੱਚ ਐਕਟਰ ਪਾਸੇ ਕਰਕੇ ਪਾਤਰ ਚੁਣੇ ਗਏ ਨੇ ਇਕਬਾਲ ਢਿੱਲੋਂ ਜੀ ਵੱਲੋਂ, ਉਹਨਾਂ ਦੀ ਸਮੁੱਚੀ ਟੀਮ ਵੱਲੋਂ। ਮਕਸਦ ਕੀ ਹੈ ਕਿ ਸਾਡੇ ਆਲੇ ਦੁਆਲੇ ਵਾਪਰ ਕੀ ਰਿਹਾ, ਜੋ ਵਾਪਰ ਰਿਹਾ ਉਸ ਨੂੰ ਅਸੀਂ ਮਹਿਸੂਸ ਕਰੀਏ। ਇੱਕ ਇੱਕ ਗੱਲ ਨੂੰ ਚੁਣਿਆ ਗਿਆ ਕਿ ਅਸੀਂ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਕਿੱਥੇ ਕਿੱਥੇ ਸਾਡੇ ਨਾਲ ਕਿਵੇਂ ਕਿਵੇਂ ਬੇਇਨਸਾਫੀ ਹੁੰਦੀ ਹੈ, ਚਾਹੇ ਉਹ ਰਾਜਨੀਤਿਕ ਸਿਸਟਮ ਹੋਵੇ, ਚਾਹੇ ਬਿਊਰੋਕਰੇਸੀ ਹੋਵੇ, ਚਾਹੇ ਸਾਡੇ ਸਮਾਜ ਸੇਵੀ ਹੋਣ, ਚਾਹੇ ਜਿਹੜੇ ਅਖੌਤੀ ਬਾਬੇ ਹੋਣ, ਜਾਂ ਜਿਹੜੇ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ। ਸੋ ਮੇਰੀ ਇੱਕ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ, ਤੁਸੀਂ ਜਿੰਨੇ ਵੀ ਉਹ ਤੁਹਾਡੇ ਪੰਜਾਬ ਵਿੱਚ ਵੀ ਰਿਸ਼ਤੇਦਾਰ ਨੇ, ਤੁਹਾਡਾ ਦਾਇਰਾ ਸਟੂਡੈਂਟ ਨੌਜਵਾਨ ਵੀ ਹੋ ਤੁਸੀਂ ਵਿੱਚ ਬਹੁਤ ਸਾਰੇ ਬਜ਼ੁਰਗ ਵੀ ਹੋ, ਇਸ ਗੱਲ ਨੂੰ ਦੂਰ ਤੱਕ ਲੈ ਕੇ ਜਾਈਏ, ਵਿਦੇਸ਼ਾਂ ਤੱਕ, ਤਾਂ ਕਿ ਸਾਡੀ ਜਵਾਨੀ ਬਾਹਰ ਕਿਉਂ ਜਾ ਰਹੀ ਹੈ, ਸਾਡੇ ਨਾਲ ਬੇਇਨਸਾਫੀ ਕਿਉਂ ਹੋ ਰਹੀ ਹੈ, ਅੱਜ ਅਸੀਂ ਕੋਰਟ ਕਚਹਿਰੀਆਂ ਵਿੱਚ ਧੱਕੇ ਕਿਉਂ ਖਾ ਰਹੇ ਹਾਂ। ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਮੀਡੀਆ ਨੂੰ ਬੜੀ ਅਪੀਲ ਕੀਤੀ ਸੀ, ਮਜਬੂਰੀ ਹੋਵੇਗੀ, ਕਾਰਪੋਰੇਟ ਘਰਾਣਿਆਂ ਦੀ ਉੱਪਰ ਪ੍ਰੈਸ਼ਰ ਵੀ ਹੁੰਦਾ ਕਈਆਂ 'ਤੇ, ਲੇਕਿਨ ਜਿੰਨੇ ਤੁਸੀਂ ਆਏ ਹੋ ਤੁਹਾਡੇ ਹੱਥਾਂ ਦੇ ਵਿੱਚ ਜਿਹੜੇ ਅੱਜ ਆਪਣੇ ਬਹੁਤ ਮਹਿੰਗੇ ਫੋਨ ਨੇ, ਇਹਨਾਂ ਦੇ ਨਾਲ ਤੁਸੀਂ ਬੜੀ ਦੂਰ ਤੱਕ ਗੱਲ ਲੈ ਕੇ ਜਾ ਸਕਦੇ ਹੋ। ਸੋ ਇਸ ਨੂੰ ਇਹ ਨਾ ਦੇਖੋ ਕਿ ਕੌਣ ਇਹਦੇ ਵਿੱਚ ਕਿਸ ਪਾਤਰ ਨੂੰ ਚੁਣਿਆ ਗਿਆ, ਅਤੇ ਸ਼ਾਇਦ ਉਹ ਹੀ ਇਹਦੇ ਲਈ ਜ਼ਿੰਮੇਵਾਰ, ਕੋਈ ਇੱਕ ਜ਼ਿੰਮੇਵਾਰ ਨਹੀਂ ਹੈਗਾ। ਇਹ ਸਿਸਟਮ ਜਿਹੜਾ ਆਪਾਂ ਬਣਾਇਆ, ਸਰਕਾਰ ਆਪਾਂ ਬਣਾਉਂਦੇ ਹਾਂ, ਅਫਸਰ ਆਪਾਂ ਚੁਣਦੇ ਹਾਂ, ਸੋ ਆਪਾਂ ਆਪਣੇ ਖੇਤਰ ਦੇ ਵਿੱਚ ਚੰਗੇ ਅਫਸਰ ਬਣਾਈਏ, ਇਮਾਨਦਾਰ ਅਫਸਰ ਬਣਾਈਏ, ਇਮਾਨਦਾਰ ਲੀਡਰ ਚੁਣੀਏ, ਇਹ ਸਾਰੀਆਂ ਚੀਜ਼ਾਂ ਦੀ ਲੋੜ ਹੈ। ਆਪਣੇ ਸਾਰਿਆਂ ਦੇ ਵਿੱਚ ਘਾਟ ਹੈ ਜੋ ਇਸ ਸਿਸਟਮ ਦੇ ਵਿੱਚ ਦਿਖਾਈ ਗਈ ਹੈ, ਸੋ ਉਹਨੂੰ ਆਪਾਂ ਆਪਣੇ ਪੱਧਰ 'ਤੇ ਠੀਕ ਕਰੀਏ। ਮਨੁੱਖ ਕਦੇ ਕੋਈ ਪੂਰਾ ਨਹੀਂ, ਪੂਰਾ ਆਪਣਾ ਗੁਰੂ ਹੈ, ਪਰਮਾਤਮਾ ਹੈ, ਵਾਹਿਗੁਰੂ ਹੈ, ਉਸ ਦੇ ਲੜ ਲਾ ਕੇ ਜਿਸ ਵੀ ਧਰਮ ਨੂੰ ਆਪਾਂ ਮੰਨਦੇ ਹਾਂ ਉਸ ਧਰਮ ਦੇ ਵਿੱਚ ਪਰਪੱਕਤਾ ਲਿਆ ਕੇ ਆਪਣੀ ਕੌਮ ਪ੍ਰਤੀ, ਆਪਣੇ ਸਮਾਜ ਪ੍ਰਤੀ ਆਪਾਂ ਜਾਗਰੂਕ ਹੋਈਏ। ਸੋ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ, ਅਤੇ ਮੈਂ ਇਹਨਾਂ ਅੱਗੇ ਬਹੁਤ ਹੀ ਨਿਮਰਤਾ ਸਹਿ ਸਾਰੇ ਸੱਜਣਾਂ ਵੱਲੋਂ ਇੱਕ ਵਾਰ ਫਿਰ ਇਹਨਾਂ ਨੂੰ ਨਮਸਕਾਰ ਕਰਦਾ ਕਿ ਇਹਨਾਂ ਨੇ ਪੰਜਾਬ ਦੇ ਦੁਖਾਂਤ ਨੂੰ ਬੜੇ ਹੀ ਚੰਗੇ ਤਰੀਕੇ ਨਾਲ ਬਿਆਨ ਕੀਤਾ। ਅਲੱਗ ਅਲੱਗ ਸਟੇਟਾਂ ਦੇ ਵਿੱਚ ਉਹਨਾਂ ਦੇ ਮਸਲੇ ਹੋਣਗੇ, ਲੇਕਿਨ ਜਿਸ ਖਿੱਤੇ ਵਿੱਚ ਆਪਾਂ ਰਹਿ ਰਹੇ ਹਾਂ ਸਾਡੀਆਂ ਆਪਣੀਆਂ ਸਮੱਸਿਆਵਾਂ ਨੇ, ਅਸੀਂ ਉਹਨਾਂ ਸਮੱਸਿਆਵਾਂ ਨੂੰ ਕਿਵੇਂ ਹੱਲ ਕਰੀਏ। ਆਹ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉਹਨਾਂ ਵਿੱਚ ਵੀ ਕੁਐਸਚਨ ਕਰੀਏ, ਕੋਈ ਵੀ ਪਾਰਟੀ ਹੋਵੇ, ਹਰ ਪਾਰਟੀ ਦੇ ਨੁਮਾਇੰਦੇ ਨੂੰ ਇਹ ਕੁਐਸਚਨ ਜ਼ਰੂਰ ਕਰੋ ਕਿ ਤੁਸੀਂ ਸਾਡੇ ਲਈ ਕੀ ਕਰ ਰਹੇ ਹੋ, ਤੁਸੀਂ ਸਾਨੂੰ ਫ੍ਰੀ ਦੀਆਂ ਸਹੂਲਤਾਂ ਦੇ ਕੇ, ਜਾਂ ਤੁਸੀਂ ਇਹ ਦੱਸ ਕੇ ਕਿ ਅਸੀਂ ਤੁਹਾਡੇ ਲਈ ਬਹੁਤ ਕੁਝ ਕਰ ਰਹੇ ਹਾਂ, ਉਹ ਆਪਾਂ ਚੁਣਦੇ ਹਾਂ, ਅਤੇ ਉਹਨਾਂ ਪ੍ਰਤੀ ਆਪਾਂ ਨੂੰ ਜਾਗਰੂਕ ਹੋਣਾ ਵੀ ਬੜਾ ਜ਼ਰੂਰੀ ਹੈ। ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਚਾਹੁੰਦਾ, ਅਤੇ ਸਾਰਿਆਂ ਨੂੰ ਬੇਨਤੀ ਕਰਾਂਗਾ, ਇਹ ਵੇਖੋ ਇਹਨਾਂ ਨੇ ਕਿੰਨਾ ਪ੍ਰਬੰਧ ਕੀਤਾ, ਟਿਕਟਾਂ ਵੀ ਇਹਨਾਂ ਨੇ ਆਪ ਖਰੀਦੀਆਂ, ਔਰ ਤੁਹਾਡੇ ਖਾਣ ਪੀਣ ਦਾ ਪ੍ਰਬੰਧ ਵੀ ਇਹਨਾਂ ਆਪ ਕੀਤਾ, ਇਸ ਤੋਂ ਵੱਡੀ ਕੁਰਬਾਨੀ ਕੋਈ ਨਹੀਂ ਕਰ ਸਕਦਾ। ਔਰ ਫਿਲਮ ਦਾ ਸਟੈਂਡਰਡ ਤੁਸੀਂ ਦੇਖ ਲਓ, ਹਾਲੀਵੁੱਡ, ਬਾਲੀਵੁੱਡ, ਮੈਂ ਕਹਿੰਦਾ ਆਪਾਂ ਸਾਰੇ ਵੇਖਦੇ ਹਾਂ, ਪਾਲੀਵੁੱਡ ਜੋ ਇੱਥੋਂ ਦਾ, ਇੱਥੇ ਆਪਾਂ ਵੇਖਦੇ ਹਾਂ ਕਿ ਆਹ ਜੀ ਇਹਦਾ ਪਾਰਟ 1 ਹੈ, ਪਾਰਟ 2 ਹੈ, ਪਾਰਟ 3 ਹੈ, ਅਤੇ ਉਹਦੇ ਵਿੱਚ ਹੁੰਦਾ ਕੀ ਹੈ। ਸੋ ਆਪਾਂ ਇਸ ਪ੍ਰਤੀ ਆਪਾਂ ਇੱਕ ਸਮਰਪਿਤ ਭਾਵਨਾ ਦੇ ਨਾਲ ਇੰਨਾ ਕੰਮ ਜ਼ਰੂਰ ਕਰ ਦਈਏ, ਜਿੰਨੇ ਵੀ ਤੁਸੀਂ ਆਏ ਹੋ, ਤੁਹਾਡੇ ਕੋਲ ਸੋਸ਼ਲ ਮੀਡੀਆ, ਇੰਸਟਾਗ੍ਰਾਮ ਹੈ ਤੁਹਾਡੇ ਕੋਲ, ਫੇਸਬੁੱਕ ਹੈ, ਆਪਣਾ ਟਵਿੱਟਰ ਦੀ ਜਗ੍ਹਾ ਐਕਸ ਆ ਗਿਆ, ਜਾਂ ਜਿੱਥੇ ਜਿੱਥੇ ਵੀ ਆਪਾਂ ਗੱਲ ਕਰ ਸਕਦੇ ਹਾਂ, ਇਹਦੇ ਬਾਰੇ ਦੋ ਸ਼ਬਦ ਜ਼ਰੂਰ ਲਿਖਿਓ। ਇਹ ਅੱਜ ਤੁਸੀਂ ਇਸ ਗੱਲ ਦਾ
ਫੈਸਲਾ ਕਰਕੇ ਜਾਓ। ਵਾਹਿਗੁਰੂ ਜੀ ਕਾ ਖਾਲਸਾ। ਸੋ ਇਹ ਮੂਵੀ ਜੋ ਲੋਕ ਦੇਖਣ ਆਏ ਸੀ ਉਹਨਾਂ ਨੂੰ ਵੀ ਇਹ ਮੂਵੀ ਕਾਫੀ ਜ਼ਿਆਦਾ ਪਸੰਦ ਆਈ ਹੈ, ਕਈਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਤਾਂ ਕਈ ਇਹ ਕਹਿ ਰਹੇ ਨੇ ਕਿ ਇੱਕ ਅਸੀਂ ਗਾਗਰ 'ਚ ਸਾਗਰ ਦੀ ਗੱਲ ਕਰ ਰਹੇ ਨੇ ਕਿ ਛੋਟੀ ਜਿਹੀ ਗਾਗਰ ਦੇ ਵਿੱਚ ਪੂਰਾ ਸਾਗਰ ਦੇ ਦਿੱਤਾ, ਯਾਨੀ ਕਿ ਜੋ 84 ਦੇ ਵੇਲੇ ਵੀ ਹੋਇਆ, 84 ਤੋਂ ਬਾਅਦ ਹੋਇਆ, ਘਰੋਂ ਜਵਾਨ ਮੁੰਡੇ ਚੁੱਕੇ ਜਾਂਦੇ ਸੀ ਜਿਹੜੇ ਆਪਣੇ ਹੱਕ ਦੇ ਲਈ ਆਵਾਜ਼ਾਂ ਚੁੱਕਦੇ ਸੀਗੇ, ਤਾਂ ਉਹਨਾਂ ਦੀਆਂ ਲਾਸ਼ਾਂ ਤੱਕ ਪਰਿਵਾਰਾਂ ਨੂੰ ਨਹੀਂ ਮਿਲਦੀਆਂ, ਉਹ ਵੀ ਇਸ ਦੇ ਵਿੱਚ ਦੱਸਿਆ ਗਿਆ। ਫਿਰ ਇੱਕ ਲੜਕੀ ਪੜ੍ਹੀ ਲਿਖੀ ਹੋ ਕੇ ਮੈਰਿਟ ਦੇ ਵਿੱਚ ਆ ਕੇ ਉਸਨੂੰ ਨੌਕਰੀ ਨਹੀਂ ਮਿਲਦੀ ਔਰ ਉਹ ਲੜਕੀ ਔਰਕੈਸਟਰਾ ਕਰਨ ਲੱਗ ਜਾਂਦੀ ਹੈ। ਹਰ ਇੱਕ ਚੀਜ਼, ਹਰ ਇੱਕ ਮਜਬੂਰੀ ਇਸ ਫਿਲਮ ਦੇ ਵਿੱਚ ਦਿਖਾਈ ਗਈ ਹੈ, ਤਾਂ ਹਰ ਇੱਕ ਜੋ ਹੈ ਕਾਫੀ ਉਸਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਇਸ ਮੂਵੀ ਨੂੰ ਦੇਖ ਕੇ। ਸੋ ਮੈਂ ਲੋਕਾਂ ਦੇ ਕੋਲੋਂ ਇਹੀ ਅਪੀਲ ਕਰਾਂਗੀ ਕਿ ਇਸ ਮੂਵੀ ਨੂੰ ਜ਼ਰੂਰ ਜ਼ਰੂਰ ਦੇਖੋ ਅਤੇ ਤੁਸੀਂ ਵੀ ਉਹ ਚੀਜ਼ ਮਹਿਸੂਸ ਕਰੋ ਜੋ ਅੱਜ ਮੈਂ ਮਹਿਸੂਸ ਕਰ ਰਹੀ ਹਾਂ ਕਿ ਕਿੰਨਾ ਕੁਝ ਹੋ ਗਿਆ ਇੰਨੇ ਸਮੇਂ ਦੇ ਵਿੱਚ। ਸੋ ਇੱਕ ਵਾਰ ਫਿਰ ਤੋਂ ਅਪੀਲ ਕਰਾਂਗੀ ਕਿ ਮੂਵੀ ਜ਼ਰੂਰ ਦੇਖੋ। ਕੈਮਰਾਮੈਨ JP ਦੇ ਨਾਲ ਖੁਸ਼ਬੂ, ਚੰਡੀਗੜ੍ਹ।